ਸੀ ਸੁਣ ਰਹੇ ਹੋ ਚਾਵਲਾ نیوز ਨੈਟਵਰਕ ਟੋਰਾਂਟੋ ਸੀਐਨਐਨ ਟੋਰਾਂਟੋ ਕਿਦਾ ਸਾਡਾ ਸਵਾਗਤ ਹੈ ਵੈਲਕਮ ਜੀ ਇਹਨੂੰ ਸਤ ਸ੍ਰੀ ਅਕਾਲ ਚਾਵਲਾ ਸਭ ਸਤ ਸ੍ਰੀ ਅਕਾਲ ਪਰ ਦਰਸ਼ਕੋ ਜੀ ਸੋਤਿਆ ਦੇ ਦਰਸ਼ਕਾ ਵੱਲੋਂ ਵੀ ਆਪ ਜੀ ਦਾ ਸਵਾਗਤ ਹੈ ਲੋ ਜੀ ਵਾਜੇ ਬੰਦ ਕਰ ਲੈਂਦੇ ਹਾਂ ਹਾਂਜੀ ਹੋ ਗਏ ਜੀ ਜਿਆਦਾ ਟੈਕਨੀਕਲ ਚੀਜ਼ਾਂ ਜੇ ਖੁੱਲੀਆਂ ਹੁੰਦੇ ਨਵੀਆਂ ਗੁੱਡੀਆਂ ਤੇ ਨਵੇਂ ਪਟੋਲੇ ਹਾਂਜੀ ਕੀ ਹਾਲ ਚਾਲ ਠੀਕ ਠਾਕ हां चलो सा बॉस फर्स्ट क्लास ठीक है बिल्कुल तू सुन ना ठीक हो बढ़िया जी बढ़िया 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 भारत ਵਿੱਚ ਕੋਈ ਨਾ ਕੋਈ ਸਾਡੀ ਜਿਹੜੀ ਹੈ ਰਾਜਨੀਤਿਕ ਲੋਕ ਨਵੇਂ ਤੇ ਨਵੇਂ ਬਿਆਨ ਦਾਗਦੇ ਰਹਿੰਦੇ ਨੇ ਤੇ ਜਦੋਂ ਇਹੋ ਜਿਹੇ ਕੋਈ ਬਿਆਨات ਦੀ ਗੱਲ ਹੁੰਦੀ ਹੈ ਤਾਂ ਫਿਰ ਦੁਨੀਆ ਦੀਆਂ ਵੱਖ-ਵੱਖ ਜਿਹੜੀਆਂ ਨੇ ਨਾ ਕੰਟਰੀਜ਼ ਉਹਨਾਂ ਦੇ ਵਿੱਚ ਜਿਹੜੇ ਪੱਤਰਕਾਰ ਨੇ ਉਹ ਆਪੋ ਆਪਣੇ ਤਰੀਕੇ ਨਾਲ ਉਸ ਖਬਰ ਨੂੰ ਫੇਚ ਕਰਦੇ ਨੇ ਲਾਉਂਦੇ ਨੇ ਤੇ ਫਿਰ ਰਿਪੋਰਟ ਬਣਦੀ ਹੈ ਜਦੋਂ ਫਿਰ ਉਹ ਰਿਪੋਰਟਾਂ ਬਣਦੀਆਂ ਨੇ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਜਦੋਂ ਕੋਈ ਸਵਾਲ ਕਰਦਾ ਫਿਰਦਾ ਜਵਾਬ ਨਾ ਮਿਲਦਾ ਹੋਵੇ ਤਾਂ ਫਿਰ ਬਾਪਰਾਲਾ ਸ਼ੁਰੂ ਹੁੰਦਾ ਹੈ ਬਰਾਕ ਬਾਮਾ ਉਹਨਾਂ ਦਾ ਜਿਹੜਾ ਮਸਲਾ ਉਸ ਨੂੰ ਬੀਬੀ ਨੇ ਜਿਹੜੀ ਨੇ ਸਵਾਲ ਕੀਤਾ ਉਹ ਕਾਫੀ ਟ੍ਰੋਲ ਹੋ ਰਹੀ ਹੈ ਪੱਤਰਕਾਰ ਹੂੰ ਉਹ ਦਿੱਤੇ ਵਾਈਟ ਹਾਊਸ ਉਹਦੀ ਪੇਟਪਿਸ਼ੀ ਆ ਗਿਆ ਕਿ ਨਹੀਂ ਇਹ ਠੀਕ ਨਹੀਂ ਹੈ ਉਹਨੂੰ ਬੋਲਣ ਦੀ ਆਜ਼ਾਦੀ ਹੈ ਇਹ ਲੋਕਤੰਤਰ ਦੀ ਗੱਲ ਹੈ ਤੇ ਉਹਨੇ ਆਪਣੇ ਦੇਕੇ ਨਾਲ ਸਵਾਲ ਪੁੱਛਿਆ ਪਰ ਠੋਲ ਬੜਾ ਕੀਤਾ ਜਾ ਰਿਹਾ ਉਹਨੂੰ ਹੁਣ ਭਾਰਤ ਵਿੱਚ ਇੱਕ ਨਵੀਂ ਜਿਹੜੀ ਹੈ ਖੇਡ ਭਾਰਤੀ ਪ੍ਰਧਾਨ ਮੰਤਰੀ ਜਨਾਬ ਨਰਿੰਦਰ ਮੋਦੀ ਜੀ ਦਾ ਕਹਿਣਾ ਹੈ ਇਸਲਾਮ ਨਾਲ ਤਿੰਨ ਤਲਾਕ ਦਾ ਕੋਈ ਸਬੰਧ ਨਹੀਂ ਯੂਨੀਫਾਰਮ ਸਿਵਲ ਕੋਡ ਬਾਰੇ ਬੀਜੇਪੀ ਪਰਮ ਤੋੜੇਗੀ ਨਰਿੰਦਰ ਮੋਦੀ ਘਰਾਂ ਨੇ ਪਪਾਲ ਵਿੱਚ ਮੇਰਾ ਬੂਥ ਸਭ ਤੋਂ ਮਜ਼ਬੂਤ ਅਭਿਆਨ ਤਹਿਤ ਬੀਜੇਪੀ ਦੇ ਵਰਕਰਾਂ ਨੂੰ ਸੰਬੋਧਨ ਕੀਤਾ ਉੱਥੋਂ ਇਹ ਖਬਰ ਸਾਹਮਣੇ ਆਉਂਦੀ ਹੈ ਕੀ ਕਹਿਣਾ ਚਾਹੋਗੇ ਕਲਾ ਸਭਾ ਅਸਰੱਚ ਕੱਲ ਨਾਜੀ ਉੱਥੇ ਭਪਾਲ ਦੇ ਵਿੱਚ ਗਏ ਨੇ ਮੋਦੀ ਜੀ ਵਰਚੂਲੀ ਤੌਰ ਤੇ ਵੀ ਉਹਨੇ ਕਾਫੀ ਲੋਕ ਇਕੱਠੇ ਸੀ ਨਾਲ ਉਹਦੇ ਵਰਚੂਲ ਤੌਰ ਤੇ ਉਹਨਾਂ ਨੇ ਤਿੰਨ ਤਲਾਕ ਦੇ ਮਾਮਲੇ ਵਿੱਚ ਦੇਖੋ ਤਿੰਨ ਤਲਾਕ ਦਾ ਮਾਮਲਾ ਪਹਿਲਾਂ ਇਹਨਾਂ ਨੇ ਕਰ ਦਿੱਤਾ ਗੈਰਕਾਨੂੰਨੀ ਕਰਤਾ ਗਿਆ ਉਹ ਤੇ ਹੁਣ ਫੇਰ ਮੋਦੀ ਜੀ ਤਿੰਨ ਤਲਾਕ ਲੈ ਆਏ ਤਿੰਨ ਤਲਾਕ ਕਹਿੰਦੇ ਕਿਦਾਂ ਹੈਗਾ ਜੀ ਇੱਕ ਘਰ ਦੇ ਵਿੱਚ ਜਿਹੜਾ ਹੈਗਾ ਵੀ ਤਿੰਨ ਤਲਾਕ ਦਾ ਮਾਮਲਾ ਇਸਲਾਮ ਨਾਲ ਕੀ ਸੰਬੰਧ ਹੈ ਇਹਦਾ ਤੇ ਜੇ ਕੋਈ ਕਹਿਦਾ ਵੀ ਤਲਾਕ 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 ਤੇ ਤਲਾਕ ਹੋ ਗਿਆ ਇਹਦਾ ਇਸਲਾਮ ਨਾਲ ਕੀ ਸੰਬੰਧ ਹੈ ਇਹ ਬਿਲਕੁਲ ਹੀ ਗਲਤ ਤਰੀਕੇ ਨਾਲ ਬੋਲਤਾ ਜਾ ਰਿਹਾ ਮੈਂਸਤਾ ਇਹ ਗੱਲ ਪੂਰੀ ਪੁਰਾਣੀ ਚਰਚਾ ਹੋ ਚੁੱਕੀ ਹੈ ਮਾਮਲਾ ਖਤਮ ਹੋ ਗਿਆ ਸੀਗਾ ਦੁਬਾਰਾ ਫੇਰ ਮੋਦੀ ਜੀ ਨੂੰ ਲੈ ਕੇ ਆ ਗਏ ਕਿ ਕਿ ਚੋਣਾਂ 2024 ਦੀਆਂ ਆ ਰਹੀਆਂ ਨੇ ਹਿੰਦੂ ਮੁਸਲਮਾਨ ਦੀ ਖੇਡ ਸ਼ੁਰੂ ਹੋਣ ਜਾ ਰਹੀ ਹੈ ਫੇਰ ਮੁੜ ਕੇ ਇਹ ਫਸਲ ਜਿਹੜੀ ਇਹਦੇ ਫਸਲ ਦੇ ਵਿੱਚ ਨਾ ਵੋਟਾਂ ਦੀ ਫਸਲ ਦੇ ਵਿੱਚ ਚੰਗੀ ਤਰ੍ਹਾਂ ਖਾਦ ਪਾਣੀ ਪਾਇਆ ਜਾ ਰਿਹਾ ਕਿ ਸਾਡੀ ਫਸਲ ਤੁਹਾਨੂੰ ਮਿਲ ਜਵੇ ਹੋਰ ਮੁੱਦਾ ਕੋਈ ਸ਼ਾਇਦ ਬੀਜੇਪੀ ਕੋਲ ਹੈ ਵੀ ਨਹੀਂਗਾ ਨਾਲ ਉਹਨੇ ਇਹ ਵੀ ਕਿਹਾ ਕਿ ਇਹਦਾ ਨਾ ਪਰਸਨਲ ਜਿਹੜਾ ਕਿ ਕੋਡ ਹੈ ਨਾ ਸਿਵਲ ਜੁਨੀਫਾਰਮ ਜਿਹੜਾ ਸਿਵਲ ਕੋਡ ਹੈਗਾ ਉਹਦੇ ਮੁਤਾਬਕ ਅ ਅੱਪਨੇ ਪਹਿਲਾਂ ਵੀ ਗੱਲ ਕੀਤੀ ਚਵਲਾ ਸਾਹਿਬ ਕਿ ਭਾਰਤ ਵਿੱਚ ਨਾ ਜੀ ਦੋ ਤਰ੍ਹਾਂ ਦੇ ਕਾਨੂੰਨ ਨਹੀਂ ਬਲਕਿ ਤਿੰਨ ਤਰ੍ਹਾਂ ਦੇ ਇੱਕ ਤੱਕ ਕਾਨੂੰਨ ਹੈਗਾ ਕ੍ਰਿਮੀਨਲ ਅਪਰਾਧਿਕ ਆਈਪੀਸੀ ਧਾਰਮਾ ਹੈਗੀਆਂ ਨੇ ਇੱਕ ਹੈਗਾ ਸਿਵਲ ਸੀਆਰਪੀਸੀ ਧਾਰਮਾ ਹੈਗੀਆਂ ਨੇ ਇੱਕ ਕਾਨੂੰਨ ਹੈਗਾ ਜਿਹੜਾ ਕਿ ਧਰਮਾਂ ਦਾ ਕਾਨੂੰਨ ਹੈਗਾ ਧਰਮ ਦਾ ਕਾਨੂੰਨ ਹਿੰਦੂਆਂ ਦਾ ਵੱਖਰਾ ਮੈਰਿਜ ਐਕਟ ਵਰਜ ਕਰ ਲੁ ਹੈਗਾ ਤੇ ਸਿੱਖਾਂ ਦਾ ਵੀ ਵੱਖਰਾ ਬਣ ਗਿਆ ਹੁਣ ਪੰਜਾਬ ਸਰਕਾਰ ਨੇ ਦਿੱਤੀ ਮਾਨਤਾ ਤੇ ਮੁਸਲਮਾਨਾਂ ਦਾ ਵੱਖਰਾ ਜਦੋਂ ਵਿਆਹ ਹੁੰਦਾ ਨਾ ਜੀ ਉਹ ਮੁਸਲਮਾਨਾਂ ਦੀ ਕੋਈ ਬੱਕਰੀ ਮਿਹਰ ਵਗੈਰਾ ਹੁੰਦੀ ਆ ਬੱਕਰੇ ਤਰੀਕੇ ਨਾਲ ਉਹਨੂੰ ਆਪਣਾ ਲੈਂਦੇ ਆ ਤੇ ਹਿੰਦੂਆਂ ਦਾ ਵੱਖਰਾ ਹੁੰਦਾ ਤੇ ਮੋਦੀ ਜੀ ਕਹਿੰਦੇ ਆ ਕਿ ਇਹ ਜਿੰਨੇ ਵੀ ਧਰਮ ਹੈਗੇ ਆ ਸਾਰੇ ਧਰਮਾਂ ਦਾ ਜਿਹੜਾ ਯੂਨੀਫਾਰਮ ਸਿਵਲ ਕੋਟ ਸਿਵਲ ਕੋਟ ਹੈ ਸਾਂਝਾ ਕਾਨੂੰਨ ਹੈ ਉਹ ਇੱਕ ਹੋਣਾ ਚਾਹੀਦਾ ਹਿੰਦੂਆਂ ਦੇ ਵੀ ਇੱਕੋ ਹੀ ਧਾਰਾ ਲੱਗੇ ਮੁਸਲਮਾਨਾਂ ਦਾ ਵੀ ਇੱਕੋ ਧਾਰਾ ਲੱਗੇ ਸਿੱਖਾਂ ਦੇ ਵੀ ਕੋਈ ਧਾਰਾ ਲੱਗੇ ਇੱਕੋ ਧਾਰਾ ਤਹਿਤ ਹੀ ਕੇਸਦਾਰ ਜੋਵੇ ਉਹ ਕਿਹੜੀ ਧਾਰਾ ਹੋਵੇਗੀ ਕੀ ਮੁਸਲਮਾਨ ਮਰਜ ਅਕਟ ਦੀ ਹੋਵੇਗੀ ਇਸਲਾਮ ਕੀ ਹਿੰਦੂ ਮਰਜ ਅਕਟ ਦੀ ਹੋਵੇਗੀ ਜਾਂ ਸਿੱਖ ਮਰਜ ਅਕਟ ਦੀ ਹੋਵੇਗੀ ਉਹ ਇਸ ਗੱਲ ਨੂੰ ਸਪਸ਼ਟ ਨਹੀਂ ਕਰ پا ਰਹੇ ਉਹ ਕਹਿੰਦੇ ਨੇ ਕਿ ਜੀ ਇੱਕੋ ਹੀ ਹੋਣਾ ਚਾਹੀਦਾ ਸਿਵਲ ਸਾਂਝਾ ਕੋਡ ਹੋਣਾ ਚਾਹੀਦਾ ਨਾ ਜਿਵੇਂ ਅਪਰਾਧ ਕાય ਜਿਵੇਂ ਸੀ ਆਰ ਪੀ ਸੀ ਆ ਤੇ ਇਦਾਂ ਹੋਣਾ ਚਾਹੀਦਾ ਜਦ ਕਿ ਇਦਾਂ ਨਹੀਂ ਹੁੰਦਾ ਹੁੰਦਾ ਕਦੇ ਵੀ ਭਾਰਤ ਬਹੁ ਕੌਮੀ ਮੁਲਕ ਹੈਗਾ ਇੱਥੇ ਜੈਨੀ ਬੋਧੀ ਮੁਸਲਮ ਜਿਹੜਾ ਕਿ ਵੱਖ-ਵੱਖੇ ਹੋਰ ਤਰ੍ਹਾਂ ਬਹੁਤ ਨੇ ਇਬਰਕੇ ਜੱਗ ਇੱਥੇ ਤਾਂ ਨਾ ਚਾਵਲਾ ਆਪਾਂ ਨਾ ਪੰਥ ਸਿਰੇ ਚ ਪੜਦੇ ਹੁੰਨੇ ਆ ਜਿਹੜੇ ਪੱਤਰਕਾਰ ਜਾਂਦੇ ਨੇ ਵੱਖ-ਵੱਖ ਥਾਂ ਮਾ ਉੱਤੇ ਕੋਈ ਹਿੰਦੂਆਂ ਦਾ ਕੋਈ ਮੁਸਲਮਾਨਾਂ ਦਾ ਕੋਈ ਕਿਸੇ ਧਰਮ ਦਾ ਖੋਜਦੇ ਆ ਕਿਵੇਂ ਆ ਇੱਥੇ ਤਾਂ ਸਾਡੀਆਂ ਜਾਤਾਂ ਦੇ ਆਧਾਰਤ ਵੀ ਵੱਖੋ-ਵੱਖਰੇ ਕਾਨੂੰਨ ਨੇ ਵਿਆਹ ਦੇ ਕੋਈ ਵਿਆਹ ਕਿੱਦਾਂ ਕਰਦਾ ਕੋਈ ਇੱਕ ਵਿਆਹ ਇੱਕ ਮਹਾਰਾਸ਼ਟਰ ਦੇ ਵਿੱਚ ਕਿਹਦਾ ਇਲਾਕਾ ਹੈਗਾ ਜਿੱਥੇ ਗੁਰਨਾਨਕ ਪਾਸ਼ਾ ਦੀ ਰੱਖਦੇ ਆ ਫੋਟੋ ਮੂਰੇ ਤੇ ਅਨੰਦਕਾਰਜੋ ਵਿਆਹ ਹੋ ਜਾਂਦਾ ਉਹਨਾਂ ਦਾ ਉਹ ਗੁਰਨਾਨਕ ਪਾਸ਼ਾ ਦੇ ਫੋਟੋ ਨਾਲ ਹੀ ਇੱਕ ਇਹਦਾ ਇਲਾਕਾ ਵੀ ਹੈਗਾ ਕੁਝ ਇਲਾਕੇ ਇਹ ਜਿਹੇ ਵੀ ਹੈਗੇ ਨੇ ਕਿ ਉਹ ਹਾਰ ਪਾਉਂਦੇ ਆ ਗਲ ਦੇ ਵਿੱਚ ਤੇ ਵਿਆਹ ਹੋ ਜਾਂਦਾ ਕੁਝ ਇਲਾਕੇ ਇਹ ਜਿਹੇ ਨੇ ਕਿ ਵਿਆਹ ਵੇਲੇ ਔਰਤ ਮਰਦ ਨੂੰ ਕੁੱਟਦੀ ਆ ਔਰਤ ਮਰਦ ਕੁਝ ਇੱਕ ਦੂਜੇ ਕੁੱਟਮਾਰ ਕਰਦੇ ਆ ਇਹ ਜਿਹੇ ਇਲਾਕੇ ਵੀ ਹੈਗੇ ਨੇ ਪਰ ਕਿ ਇੱਥੇ ਤਾਂ ਵੱਖੋ ਵੱਖਰੇ ਜਾਤਾਂ ਦਾ ਆਧਾਰਤ ਵੱਖੋ ਵੱਖਰੇ ਧਰਮਾਂ ਦੇ ਕਾਨੂੰਨ ਹੈਗੇ ਨੇ ਵਿਆਹ ਦੇ ਇੱਕ ਕਿਵੇਂ ਹੋ ਇੱਕ ਕਿਵੇਂ ਹੋ ਸਕਦਾ ਮੋਦੀ ਜੀ ਇਸ ਨੂੰ ਇਸ ਕਰਕੇ ਖੇਡ ਰਹੇ ਨੇ ਇਹ ਖਤਰਨਾਕ ਖੇਡ ਹੈਗੀ ਆ ਇਸ ਕਰਕੇ ਖੇਡ ਰਹੇ ਕਿਉਂਕਿ ਇਸ ਤੋਂ ਇਲਾਵਾ ਮੇਰੇ ਖਿਆਲ ਚ ਭਾਜਪਾ ਕੋਲੇ ਕੋਈ ਮੁੱਦਾ ਹੈ ਵੀ ਨਹੀਂਗਾ ਇਹ ਹਿੰਦੂ ਪਰਵਾਸ ਦੀ 30 ਮੀਟਰ ਬੈਂਡ ਰੇਡੀਓ ਪ੍ਰੋਗਰਾਮ ਅਗਲਾ ਪੰਜਾਬ ਜਦੋਂ ਮੁਸਲਮਾਨ ਧਰਮ ਦੇ ਵਿੱਚ ਤੁਸੀਂ ਕੋਈ ਵੀ ਚੱਕ ਲੋ ਉਹਨਾਂ ਦਾ ਫਿਲਮ ਦੇਖ ਲਓ ਜਾਂ ਤੁਸੀਂ ਉਹਨਾਂ ਦਾ ਸੀਰੀਅਲ ਦੇਖ ਲਓ ਡਰਾਮਾ ਦੇਖ ਲਓ ਜੋ ਤੱਥਾਂ ਦੇ ਆਧਾਰ ਤੇ ਬਣੇ ਨੇ ਉਹਦੇ ਵਿੱਚ ਜਦੋਂ ਮੌਲਵੀ ਜੀ ਉਹਨਾਂ ਦੀ ਸ਼ਾਦੀ ਦੀ ਰਸਮ ਨੂੰ ਅਦਾ ਕਰਦੇ ਨੇ ਉਹਦੇ ਵਿੱਚ ਲੜਕੀ ਕੋਲ ਪੁੱਛਿਆ ਜਾਂਦਾ ਤੈਨੂੰ ਮਨਜ਼ੂਰ ਆ ਉਹਦੀ ਹਕਮੈਹ ਲਿਖੀ ਜਾਂਦੀ ਹੈ ਸੌਰੀ ਹਕਮੈਹ ਲਿਖੀ ਜਾਂਦੀ ਹੈ ਤੂੰ ਹਕਮੈਹ ਦੇ ਤਹਿਤ ਉਹਨਾਂ ਦਾ ਉਹ ਕਹਿੰਦੇ ਜੀ ਕਬੂਲ ਹੈ ਕਬੂਲ ਹੈ ਕਬੂਲ ਤਿੰਨ ਵਾਰ ਪੁੱਛਦਾ ਤਿੰਨ ਵਾਰੀ ਮੌਲਵੀ ਜੀ ਜਿਹੜੇ ਨੇ ਉਹ ਪੁੱਛਦੇ ਨੇ ਮੁੰਡੇ ਨੂੰ ਕਬੂਲ ਹੈ ਕਬੂਲ ਹੈ ਕਬੂਲ ਹੈ ਫਿਰ ਉੱਥੇ ਜਿਹੜੇ ਗਵਾਹ ਨੇ ਉਹਨਾਂ ਦੇ ਕੋਲੋਂ ਪੁੱਛਿਆ ਜਾਂਦਾ ਵੀ ਗਵਾਹਾਂ ਸਾਹਿਬ ਤੁਸੀਂ ਮਰਬ ਠੀਕ ਹੋ ਹਾਂ ਜੀ ਉਹ ਕਹਿੰਦੇ ਜੀ ਸਹਿਮਤ ਆ ਸੋ ਉਹਨਾਂ ਦੀਆਂ ਕੁਝ ਰਸਮਾਂ ਜਿਹੜੀਆਂ ਨੇ ਇਸ ਤਰੀਕੇ ਦੇ ਨਾਲ ਹੁੰਦੀਆਂ ਨੇ ਜਦੋਂ ਦਾ ਹੱਕ ਮੈਰ ਹੋ ਗਿਆ ਹੁਣ ਸਾਡੇ ਤੁਹਾਡੇ ਵਿੱਚ ਤਾਂ ਹੱਕ ਮੈਰ ਨਹੀਂ ਹੂੰ ਸਾਡੇ ਜਿੱਤ ਨੇ ਲਿਖਿਆ ਜਾਂਦਾ ਵੀ ਜਦੋਂ ਤੁਸੀਂ ਕੁੜੀ ਨੂੰ ਤਲਾਕ ਦੇਣਾ ਸਿੱਖਾਂ ਦੇ ਵਿੱਚ ਜਾਂ ਹਿੰਦੂਆਂ ਦੇ ਵਿੱਚ ਉਦੋਂ ਕੋਈ ਜਾਂ ਮੌਲਵੀ ਜਾਂ ਸੌਰੀ ਭਾਈ ਜੀ ਜਾਂ ਜਿਹੜੇ ਸਾਡੇ ਬੰਦਤ ਜੀ ਨੇ ਕਹਿੰਦੇ ਨੇ ਕਿ ਜਦੋਂ ਤਲਾਕ ਦੇਣ ਲੱਗਿਆਂ ਤੇਰੇ ਕੋ ਆ ਜਿਹੜਾ ਹੈ ਕਮਰ ਹੈ ਵੀ ਆ ਤੈਨੂੰ ਦਿੱਤਾ ਜਾਊਗਾ ਤੇ ਤਲਾਕ ਹੋ ਜਾਊ ਬੜੇ ਚੀਜ਼ਾਂ ਹੋਰ ਨੇ ਜਿਹੜੀਆਂ ਨੋਟ ਕੀਤੀਆਂ ਜਾਣੀ ਚਾਹੀਦੀਆਂ ਠੀਕ ਹੈ ਨਿਜ਼ਮ ਦੇ ਮੁਤਾਬਕ ਮੋਦੀ ਜੀ ਸਵਾਲ ਚੁੱਕਦੇ ਹੋਣਗੇ ਮੁੱਦਾ ਠਾਉਂਦੇ ਹੋਣਗੇ ਦੈਸ ਡਿਫਰੈਂਟ ਪਰ ਤੁਸੀਂ ਜਿਹੜੀ ਗੱਲ ਕੀਤੀ ਆ ਕਿ ਆਨੰਦ ਮੈਰਿਜ ਐਕਟ ਆਨੰਦ ਮੈਰਿਜ ਐਕਟ ਦਾ ਕਾਫੀ ਲੰਮੇ ਸਮੇਂ ਤੋਂ ਇਹ ਪਹਿਲਾਂ ਲਾਗੂ ਸੀ ਆਈ थिंक so, uh, uh, 1900 1900 ਕੋਈ ਦੇ ਵਿੱਚ 9 ਦੇ ਵਿੱਚ ਆਈ थिंक ਜਿਵੇਂ ਨੌ ਬਣਾਵਾ ਇਹ ਲਾਗੂ ਸੀ ਬਾਅਦ ਦੇ ਵਿੱਚ ਇਸ ਨੂੰ ਜਦੋਂ ਲਿਆਂਦਾ ਗਿਆ ਦੇ ਵਿੱਚ ਆਪਣੇ ਸੰਵਿਧਾਨ ਦੇ ਵਿੱਚ ਸਾਡਾ ਨਵਾਂ ਸੰਵਿਧਾਨ ਬਣਿਆ ਉਦੋਂ ਕਾਫੀ ਬਵਾਦ ਆ ਤੇ ਉਹਦੇ ਵਿੱਚ ਤੁਹਾਨੂੰ ਮੈਂ ਯਾਦ ਕਰਾਉਣਾ ਚਾਹੁੰਦਾ ਕਿ ਕਾਫੀ ਸਮਾਂ ਪਹਿਲਾਂ ਮੇਰੇ ਕੋਲ ਕੁਦਰਤੀ ਪੇਪਰ ਸਾਹਮਣੇ ਪਿਆ ਕਿਉਂਕਿ ਇੱਕ ਰੇਡੀਓ ਤੇ ਹੁਣ ਅਸੀਂ ਟੀਵੀ ਵੀ ਕਰਦੇ ਆ ਤੇ ਰੇਡੀਓ ਦੇ ਨਾਲ ਕੀ ਹੁੰਦਾ ਕਿ ਮੇਰੇ ਆਸ-ਪਾਸੇ ਬਹੁਤ ਸਾਰੀਆਂ ਬੁੱਕਸ ਪਈਆਂ ਹੁੰਦੀਆਂ ਨੇ ਜਨਤ ਵਿੱਚੋਂ ਕੁਝ ਪਨੇ ਮਰੋੜੇ ਹੁੰਦੇ ਨੇ ਕੋਈ ਸਵਾਲ ਪੁੱਛੇ ਜਾਂਦੇ ਨੇ ਜਾਂ ਕੋਈ ਗੱਲ ਕਰਨੀ ਹੁੰਦੀ ਹੈ ਆਨੰਦ ਮੈਰਿਜ ਐਕਟ 19 ਦਸੰਬਰ 2016 ਨੂੰ ਸਰਕਾਰ ਨੇ ਪਾਸ ਕੀਤਾ ਜਿਹੜੀ 2016 ਦੀ ਸਰਕਾਰ ਹੈ ਹੁਣ ਜੇ ਆਮ ਆਦਮੀ ਪਾਰਟੀ ਕਹਿੰਦੀ ਆਮ ਸਰਕਾਰ ਜਿਹੜੀ ਇਸ ਵਕਤੋਂ ਕਹਿੰਦੀ ਕਿ ਜਿਵੇਂ ਲਾਗੂ ਕਰਤਾ ਤੇ ਕ੍ਰੈਡਿਟ ਲੈਣ ਵਾਲੀ ਗੱਲ ਹੈ ਕਿਉਂਕਿ ਪੇਪਰਾਂ ਦੇ ਵਿੱਚ ਇਹ 2016 19 ਦਸੰਬਰ ਨੂੰ ਪਾਸ ਹੋ ਚੁੱਕਾ ਹੈ ਔਰ 9 ਫਰਵਰੀ 2018 ਨੂੰ ਦਿੱਲੀ ਦੇ ਵਿੱਚ ਇਹ ਨੋਟੀਫਾਈ ਹੋ ਗਿਆ ਲਾਗੂ ਹੋ ਗਿਆ ਹਾਂ ਇਹ ਗੱਲ ਠੀਕ ਹੈ ਕਿ ਜਦੋਂ ਅਸੀਂ ਮੈਂ ਆ ਕੇ ਵੀ ਗੱਲ ਕੀਤੀ ਸੀ ਜਦੋਂ ਅਸੀਂ ਉੱਥੇ ਕੋਈ ਵਿਆਹ ਕਰਦੇ ਆ ਤੇ ਸਾਨੂੰ ਬੜੀ ਕਾਲੀ ਹੁੰਦੀ ਹੈ ਖਾਸ ਤੌਰ ਤੇ ਅਨਰੇਜ ਨੂੰ ਤਾਂ ਹੀ ਮਤਲਬ ਮੈਰਿਜ ਸਰਟੀਫਿਕੇਟ ਲੈਣਾ ਹੁੰਦਾ ਉਥੋਂ ਵਾਲੇ ਜੇਕਰ ਕੋਈ ਸਿੱਖ ਧਰਮ ਦੇ ਵਿੱਚ ਆਨੰਦ ਮੈਰਿਜ ਐਕਟ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਜੇਕਰ ਕੋਈ ਸ਼ਾਦੀ ਕਰਦਾ ਤੇ ਆਨੰਦ ਮੈਰਿਜ ਐਕਟ ਦੇ ਅਧੀਨ ਸਰਟੀਫਾਈਡ ਹੋਵਾਏ ਉਥੋਂ ਜਿਹੜਾ ਸਰਟੀਫਿਕੇਟ ਲੈਣਾ ਹੋਵੇ ਉਹ ਅਜੇ ਤੱਕ ਕਿਸੇ ਨੇ ਨਹੀਂ ਲਿਆ ਆ ਹੁਣ ਸੋਚ ਸਕਦਾ ਕਿ ਕਿਸੇ ਇੱਕ ਨੇ ਅਜੇ ਹੀ ਕੋਈ ਉਦਮ ਕੀਤਾ ਤੇ ਉਹਨੇ ਆਨੰਦ ਮੈਰਿਜ ਐਕਟ ਦੇ ਅਧੀਨ ਜਿਹੜਾ ਉਹ ਆਪਣਾ ਜਿਹੜਾ ਹੈ ਮੈਰਿਜ ਸਰਟੀਫਿਕੇਟ ਲਿਆ ਇਸ ਨੂੰ ਕਹਿ ਸਕਦੇ ਆ ਦੇਸੇ ਡਿਫਰੈਂਟ ਪਰ ਲਾਗੂ 2016 ਚ ਹੋ ਚੁੱਕਾ ਹੈ। ਤਵਰ ਸਵਾਸਤ ਚ ਗੱਲ ਕੀ ਆ ਨਾ ਜੀ ਮੈਂ ਨਾ ਆਪਣੇ ਬੇਟੇ ਦੋਏ ਬੇਟੇ ਦੀ ਮੈਰਿਜ ਰਿਸਟਰਿੰਗ ਕਰਾਈ ਆ ਜੀ। ਮੈਂ ਆਨੰਦ ਮੈਰਿਜ ਐਕਟ ਤਹਿਤ ਹੀ ਰਿਸਟਰ ਕਰਾਉਣਾ ਚਾਹੁੰਦਾ ਸੀ ਮੈਂ ਉੱਥੇ ਉਹਨਾਂ ਕੋਲ ਜਿਹੜਾ ਸਰਵਦਾ ਸੈਂਟਰ ਹੁੰਦਾ ਉੱਥੇ ਜੀ ਰਜਿਸਟ੍ਰੇਸ਼ਨ ਕਰਾਉਣ ਵਾਸਤੇ ਗਏ ਸੀ ਤੇ ਜਾ ਕੇ ਉਹਨਾਂ ਨੂੰ ਕਿਹਾ ਕਿ ਸਾਡਾ ਆਨੰਦ ਮੈਰਿਜ ਐਕਟ ਦਾ ਰਕਾਰਦੋ। ਆਨੰਦ ਮੈਰਿਜ ਐਕਟ ਦਾ ਵੈਬਸਾਈਟ ਦੇ ਵਿੱਚ ਪੋਰਟਲ ਨਹੀਂ ਸੀਗਾ। ਉਹ ਖਾਲੇ ਨਹੀਂ ਹੈਗਾ ਸੀਗਾ। ਬਈ ਦ ਲਾਗੂ ਹੋਇਆ ਮਰ ਕੇ ਉਹ ਲਾਗੂ ਨਹੀਂ ਕੀਤਾ 16 ਦੇ ਵਿੱਚ ਲਾਗੂ ਹੁਣ ਪੋਰਟ ਲਾਉਣ ਲੱਗਾ ਜਦੋਂ ਆਮ ਆਦਮੀ ਸਰਕਾਰ ਨੇ ਹੁਣ ਸਟ੍ਰਿਕਟਲੀ ਕੀਤਾ ਆਰਡਰ ਹੁਣ ਪੋਰਟਲ 'ਚ ਆ ਗਿਆ ਹੁਣ ਪੋਰਟਲ 'ਚ ਆ ਗਿਆ ਉਹ ਇਸ ਟਾਈਮ ਹੁਣ ਲਾਗੂ ਕੀਤਾ ਤਾਂ ਤਾਂ ਕਹਿੰਦੇ ਵੀ ਆਮ ਸਰਕਾਰ ਲਾਗੂ ਕੀਤਾ ਪਹਿਲਾਂ ਕਰਤਾ ਸੀ ਅਕਾਲੀਆਂ ਨੇ ਜਾਂ ਸੰਤ ਇਹਨਾਂ ਨੇ ਕਾਂਗਰਸੀਆਂ ਨੇ ਜੋ ਵੀ 16 ਦੇ ਵਿੱਚ ਅਕਾਲੀ ਸੀਗੇ ਮੇਰੇ ਖਿਆਲ ਉਹ ਕਰਤਾ ਸੀਗਾ ਪਰ ਉਹ ਪੋਰਟਲ 'ਚ ਨਹੀਂ ਲੈ ਕੇ ਆਏ ਸੀ ਉਹਨੂੰ ਬਲਕਿ ਪਤਾ ਨਹੀਂ ਕਿਉਂ ਗੱਲ ਇਹ ਤਾਂ ਨਾ ਦੇਖੋ ਗੱਲ ਗੱਲ ਇਸ ਤਰ੍ਹਾਂ ਜਦੋਂ ਹੁਣ ਆਪਾਂ ਇਸ ਨੂੰ ਲੰਬਾ ਚੱਲ ਜਾਈ ਨਹੀਂ ਗੱਲ ਜੇ ਕੋਈ ਡਿਮਾਂਡ ਕਰੂਗਾ ਸਾਡੇ ਜ਼ਥੇਦਾਰ ਹੀ ਖੁਦ ਜੇਕਰ ਜ਼ਥੇਦਾਰ ਤਾਂ ਇਹਦਾ ਮਤਲਬ ਹੈ ਤਨੀ ਕਿ ਜ਼ਥੇਦਾਰ ਦੇ ਧੀਆਂ ਪੁੱਤ ਨਹੀਂ ਹੈਗੇ ਹਾਂਜੀ ਮੈਂ ਤੇ ਖੁਦ ਜਦੋਂ ਗਿਆ ਸੀ ਅਰਸ਼ ਦੀ ਸ਼ਾਦੀ ਮੈਨੂੰ ਇਹ ਸੀਗਾ ਕਿ ਨੰਦ ਮੈਂ ਰਿਜੈਕਟ ਦੇ ਵਿੱਚ ਚਲੋ ਲੈਨੇ ਆਪਾਂ ਕੋਸ਼ਿਸ਼ ਕਰਦੇ ਹਾਂ ਪਰ ਉਹ ਕਹਿੰਦੇ ਜੀ ਇਹ ਤਾਂ ਲੰਬਾ ਚੌੜਾ ਪ੍ਰੋਸੀਜਰ ਆ ਤੁਹਾਨੂੰ ਪਤਾ ਹੈ ਇਸ ਦੇ 6 ਮਹੀਨੇ ਲੱਗ ਜਾਣੇ ਇਸ ਮਸਲੇ ਦੇ ਵਿੱਚ ਤੇ ਤੁਸੀਂ ਮਤਲਬ ਦੇਖ ਲਓ ਅਸੀਂ ਕਰਵਾ ਦਾਂਗੇ ਪਰ ਉਹਦੇ ਵਿੱਚ ਤੁਹਾਡੇ ਵਾਲੀ ਗੱਲ ਬਿਲਕੁਲ ਠੀਕ ਮੈਂ ਆ ਕੇ ਵੀ ਗੱਲ ਕੀਤੀ ਸੀ ਕਾਲਮੀਆਂ ਨਹੀਂ ਕਾਦਾ ਇਹ ਲਾਗੂ ਹੋਇਆ ਚਲੋ ਇਹ ਠੀਕ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੇ ਇਸ ਨੂੰ ਇੰਪਲੀਮੈਂਟ ਕਰ ਦਿੱਤਾ ਹੈ ਇਹਦੇ ਚ ਲਾਗੂ ਕਰ ਦਿੱਤਾ ਤੇ ਚੰਗੀ ਗੱਲ ਹੈ ਜੇ ਕਿਸੇ ਨੇ ਹੁਣ ਸ਼ਾਦੀ ਰਜਿਸਟਰ ਕਰਾਣੀ ਹੋਵੇ ਤਾਂ ਕਰਵਾ ਸਕਦਾ ਪਰ ਇਹਦੇ ਦਰਬ ਨਾ ਕਰੇ ਕੱਲ ਨੂੰ ਕੋਈ ਨੌਬਤ ਇਹੋ ਜਿਹੀ ਆਉਂਦੀ ਹੈ ਤਲਾਕ ਵਾਲੀ ਉਹਦੇ ਤੇ ਕਿਹੜਾ ਆਨੰਦ ਮਾ ਰਿਜੈਕਟ ਦੀ ਅੰਤਰਾਵਾ ਨੇ ਇਹ ਇੱਕ ਬੜਾ ਬਹੁਤ ਵੱਡਾ ਜਿਹੜਾ ਹੈ ਮੁੱਦਾ ਹੋਵੇਗਾ ਤੇ ਫਿਰ ਅਸੀਂ ਗੱਲਬਾਤ ਕਰਾਂਗੇ ਕਿ ਉਹ ਕਿਹੜੇ ਨਿਜ਼ਮ ਨੇ ਹਾਂਜੀ ਉਹ ਕਿਹੜੇ ਨਿਜ਼ਮ ਨੇ ਸਾਡੇ ਤੇ ਲਾਗੂ ਹੁੰਦੇ ਉਹ ਉਸ ਸਮੇਂ ਤਹਿਤ ਸਾਨੂੰ ਕਿਹੜਾ ਕਾਨੂੰਨ ਜਿਹੜਾ ਹੈ ਉਹ ਸਾਡੇ ਤੇ ਲਾਗੂ ਹੁੰਦਾ ਫੇਰ ਕਰਾਂਗੇ ਸੀ ਜਮਾਰ ਤੇਰਾ 120 ਮੀਟਰ ਬੈਠਾ ਅਗਲਾ ਪੰਜਾਬ ਦੇ ਵਿੱਚ ਅਗਲਾ ਕੁਐਸਚਨ ਹੈ ਬੀਜੇਪੀ ਦੇ ਰਾਜਸਥਾਨ ਪ੍ਰਧਾਨ ਸੀਪੀ ਜੋਸ਼ੀ ਸਾਹਿਬ ਨੇ ਮੁੱਖ ਮੰਤਰੀ ਅਸ਼ੂਕ ਗਹਿਲਾਉ ਤੋਂ ਪੁੱਛਿਆ ਹੈ ਕਿ ਜੇਕਰ Hindu ਹੋਣ ਦਾ ਇਨਾ ਹੀ ਗਰਭ ਹੈ ਤਾਂ ਜੈਪੁਰ ਬੰਬਲਾਸਤ ਦੇ ਦੋਸ਼ੀ ਬਰੀ ਕਿਵੇਂ ਹੋ ਗਏ ਕੀ ਕਹਿਣਾ ਚਾਹੋਗੇ ਸਰ ਸਾਹਿਬ ਇਹ ਵੀ ਇਹ ਵੀ ਤਾਂ ਉੱਥੇ ਚੋਣਾ ਹਾਰੀ ਨੇ ਰਾਜਸਥਾਨ ਦੇ ਵਿੱਚੋਂ ਚੋਣਾ ਹੁਣ ਆ ਰਹੀ ਨੇ ਜੀ ਸੀਪੀ ਜੋਸ਼ੀ ਭਾਜਪਾ ਦੇ ਪ੍ਰਧਾਨ ਨੇ ਜੀ ਤੇ ਉਹ ਚੋਣਾ ਦੇ ਵਿੱਚ ਵੀ ਗੱਲ ਇਹੀ ਚਲਣੀ ਹੈ ਨਾ ਚਲਣੀ ਵੀ ਚਾਹੀਦੀ ਹੈ ਕਿਉਂਕਿ ਉੱਪਰੋਂ ਆਰਡਰ ਹੋਏ ਹੋਏ ਨੇ ਕਿਉਂਕਿ ਇਹ ਮੁੱਦਾ ਬੜਾ ਵੱਡਾ ਹੈਗਾ ਤੁਸੀਂ Hindu Musliman ਦੀ ਹੀ ਗੱਲ ਕਰਨੀ ਆ ਉਹਨਾਂ ਨੇ ਅਸ਼ੋਕ ਘਹਿਲੋਤ ਨੂੰ ਸਵਾਲ ਕੀਤਾ ਕਿ ਤੁਸੀਂ ਨਾ ਜਿਹੜੇ ਜੈਪੁਰ ਵਾਲੇ ਬੰਬ ਬਲਾਸਟ ਹੋਇਆ ਸੀਗਾ ਉਹ ਦੋਸ਼ੀ ਤੁਸੀਂ ਬਚਾ ਕਿਵੇਂ ਦਿੱਤੇ ਜੇ ਤੁਸੀਂ Hinduਾਂ ਦੇ ਹਤੈਸ਼ੀ ਹੈਗੇ ਹੋ ਤਾਂ ਹੁਣ ਸੀਪੀ ਜੋਸੀ ਇਹ ਗੱਲ ਆਪਣੇ ਭਾਜਪਾ ਦੀ ਅੰਦਰ ਦੀ ਗੱਲ ਬਾਹਰ ਲਿਆਏ ਕਿਉਂਕਿ ਭਾਜਪਾ ਕੋਰਟ ਨੂੰ ਅਦਾਲਤਾਂ ਨੂੰ ਪ੍ਰਭਾਵਿਤ ਕਰਕੇ ਆਪਣੇ ਮੁਤਾਬਕ ਫੈਸਲੇ ਤਾਂ ਲੈਦੀ ਆ ਹੂੰ ਜਿੱਥੇ ਭਾਜਪਾ ਸਰਕਾਰਾਂ ਨੇ ਇਹਦਾ ਮਤਲਬ ਭਾਜਪਾ ਸਰਕਾਰਾਂ ਜੱਜਾਂ ਕੋਲ ਜਾਂਦੀਆਂ ਨੇ ਜੱਜਾਂ ਨੂੰ ਜੱਜਾਂ ਨੂੰ ਥ੍ਰੈਟ ਕਰਦੀਆਂ ਨੇ ਉਹਨਾਂ ਨੂੰ ਧਮਕਾਉਂਦੀਆਂ ਨੇ ਜੱਜਾਂ ਦੇ ਉੱਪਰ ਦਬਾਅ ਪਾਉਂਦੀਆਂ ਨੇ ਆਪਣੇ ਮੁਤਾਬਕ ਫੈਸਲੇ ਲੈ ਕੇ ਆਉਂਦੀਆਂ ਨੇ ਇਹਦਾ ਮਤਲਬ ਸੀਪੀ ਜੋਸੀ ਦਾ ਇਹ ਬਿਆਨ ਸਪਸ਼ਟ ਕਰ ਗਿਆ ਉਹ ਕਹਿੰਦਾ ਕਿ ਤੁਸੀਂ ਵੀ ਨਹੀਂ ਕਰ ਸਕੇ ਅਸਤਾ ਕਰਦੇ ਨੇ ਅਸਤਾ ਦਵਾਈਆਂ ਉੱਥੇ ਅਸਤਾ ਗੁਜਰਾਤ ਵਿੱਚ ਉਹਨਾਂ ਨੂੰ ਬੰਦੇ ਬਾਹਰ ਕਢਾ ਚੁੱਕੇ ਆ ਅਸਤਾ ਵੱਡੇ ਵੱਡੇ ਕੰਮ ਕਰ ਸੁਪਰੀਮ ਕੋਰਟ ਤੋਂ ਕਰਾ ਰਹੇ ਮਤਲਬ ਕਹਿਣ ਦਾ ਭਾਵੇਂ ਦਾ ਮਤਲਬ ਇਹ ਹੈ ਨਾ ਪਿਛਲੇ ਪਾਸੇ ਵੀ ਤੁਸੀਂ ਕਿਉਂ ਨਹੀਂ ਜੈਪੁਰ ਦੇ ਬਲਾਸਟ ਦੋਸ਼ੀਆਂ ਨੂੰ ਇਜ਼ਾਵਾ ਦੋਆਇਆਂ ਉਹ ਕਿੰਨੇ ਬਰੀ ਹੋ ਗਏ ਹੁਣ ਸੀਪੀ ਜੋਸੀ ਨੂੰ ਇਹ ਗੱਲ ਕੌਣ ਸਮਝਾਵੇ ਕਿ ਭਰਾਵਾ ਭਾਰਤੀ ਕਾਨੂੰਨ ਆ ਨਿਆ ਪ੍ਰਣਾਲੀ ਆ ਭਾਰਤ ਵਿੱਚ ਪੁਲਿਸ ਨੂੰ ਵੀ ਅਧਿਕਾਰ ਨਹੀਂ ਹੈ ਕਿ ਕਿਸਨ ਸਜ਼ਾ ਦੇਵੇ ਭਾਰਤ ਵਿੱਚ ਕਿਹਨਾ ਸਿਸਟਮ ਹੈ ਉਹਦੇ ਵਿੱਚ ਜਿਹੜਾ ਬੰਦਾ ਦੋਸ਼ੀ ਆ ਸਬੂਤ ਹੁੰਦੇ ਆ ਤੱਤ ਹੁੰਦੇ ਆ ਤਾਂ ਕਰਕੇ ਸਜ਼ਾ ਮਿਲਦੀ ਆ ਉਹਨੂੰ ਪਰ ਸੀਪੀ ਜੋਸੀ ਪਤਾ ਕਿ ਸਾਡਾ ਡਾਂਗ ਹੈ ਕਿ ਰੱਬ ਨੇੜੇ ਕਸੋਨਾ ਅਸਲ ਕਸੋਨੇ ਮਾਰਦੇ ਆ ਜਿਹੜਾ ਉੱਥੇ ਕਾਨੂੰਨ ਦੀ ਧਾਰਾਵਾਂ ਦੇਖੇਗਾ ਸਜ਼ਾਾਂ ਮ ਦਿੱਤੀਆਂ ਨੇ ਪਹਿਲਾਂ ਵੀ ਅਸੀਂ ਤੋਂ ਇਹ ਸਪਸ਼ਟ ਹੁੰਦਾ ਦੂਜੀ ਗੱਲ ਇਹ ਵੀ ਕਹੀ ਆ ਤੁਸੀਂ ਹਿੰਦੂਆਂ ਦੇ ਤੇ ਅਸੀਂ ਕਿਵੇਂ ਹੋਗੇ ਜੀ ਤੁਸੀਂ ਤਾਂ ਹਿੰਦੂਆਂ ਦੇ ਉੱਪਰ ਕੇਸ ਦਾਜ ਕਰਦੇ ਹੋ ਹੁਣ ਜੇਕਰ ਉੱਥੇ ਦੰਗੇ ਕਰਦਾ ਬੰਦਾ ਕੋਈ ਕਰਦਾ ਦੰਗਿਆਂ ਦੇ ਦੰਗੇ ਕਰਨ ਦੇ ਕੇਸ ਦਾਜ ਨਹੀਂ ਹੋਣਗਾ ਕਿਉਂਗਾ ਜੇ ਦੰਗੇ ਕਰਦਾ ਨਹੀਂ ਤੇ ਜੇ ਕੋਈ ਜੇ ਕੋਈ ਜੇ ਕੋਈ ਸਿੱਖ ਗਲਤ ਕੰਮ ਕਰਦਾ ਹੈ ਤੇ ਉੱਤੇ ਕੀ ਮਤਲਬ ਉਹਨੂੰ ਬਰੀ ਕੀਤਾ ਜਾਵੇਗਾ ਜੇ ਪੰਜਾਬ ਦੇ ਵਿੱਚ ਉਹਨ ਸਿੱਖ ਬੈਠਾ ਮੁੱਖ ਮੰਤਰੀ ਗੁਨਾਹਗਾਰਦਨ سزا ਮਿਲੇਗੀ ਅਗਲੇ ਦੇ ਦਿਬਰਗੜ੍ਹ ਪਹ ਜਾ ਦਿੰਦੇ ਆ ਦੂਜੀ ਗੱਲ ਤੇ ਕੋਈ ਹਿੰਦੂ ਹੈ ਉੱਥੇ ਤੇ ਹਿੰਦੂ ਦਾ ਰਾਜ ਆ ਉੱਥੇ ਹਿੰਦੂ ਮੁੱਖ ਮੰਤਰੀ ਹੈ ਤੇ ਹਿੰਦੂ ਨੂੰ ਛੋਟ ਮਿਲ ਗਈ ਕਿ ਉਹ ਜੋ ਮਰਜ਼ੀ ਕਰੀ ਜਾਵੇ ਜੇ ਕੋਈ ਕਿਸੇ ਸੂਬੇ ਵਿੱਚ ਮੁਸਲਮਾਨ ਮੁੱਖ ਮੰਤਰੀ ਹੈ ਤੇ ਦਾ ਮਤਲਬ ਉਹਨੂੰ ਕਲੀਨ ਚਿੱਟ ਮਿਲ ਗਈ ਕਿ డు ਵਟ ਏਵਰ ਯੂ ਵਾਂਡ ਹੂੰ ਕਿਹੋ ਜੀ ਸੋਚ ਹੋ ਗਈ ਸਾਡੀ ਖੈਰ ਐਨੀ ਵੇ ਨਰਿੰਦਰ ਮੋਦੀ ਸਾਹਿਬ ਚਰਚਾ ਦੇ ਵਿੱਚ ਨਹੀਂ ਮੈਨੂੰ ਲੱਗਦਾ ਹੁਣ ਇਹ ਚਰਚਾ ਦੇ ਵਿੱਚ ਰਹਿਣਾ ਚਾਹੁੰਦੇ ਨੇ ਜਿਹੜੀ ਤੁਸੀਂ 24 ਵਾਲੀ ਗੱਲ ਕੀਤੀ ਹੈ ਕਿਉਂਕਿ ਇਹੋ ਜਿਹੇ ਬਿਆਨ ਮੁੱਖ ਪ੍ਰਧਾਨ ਮੰਤਰੀ ਨੂੰ ਦੇਣੇ ਮੇਰੇ ਖਿਆਲ ਦੇ ਵਿੱਚ ਕਿਉਂਕਿ ਪ੍ਰਧਾਨ ਮੰਤਰੀ ਦੇ ਸਾਰੇ ਨੇ ਸਾਂਝਾ ਹੋ ਜਾਂਦਾ ਮੁੜ ਕੇ ਚੋਣਾਂ ਤੋਂ ਬਾਅਦ ਮੋਦੀ ਸਾਹਿਬ ਦਾ ਬਿਆਨ ਪਟਨਾ ਵਾਲੀ ਮੀਟਿੰਗ ਬਾਰੇ ਜੋ ਉਹਨਾਂ ਨੇ ਕਿਹਾ ਹੈ ਵਿਰੋਧਿਤ ਇੱਕ ਜਟ ਹੰਤਾ ਕਰਪਸ਼ਨ ਦੀ ਗਾਰੰਟੀ ਹੈ ਕੀ ਕਰ ਮਾਰੇ ਪੰਜਾਬੀ ਜਾਗਰਣ ਤਾਂ ਲਿਖ ਰਿਹਾ ਕਿ ਮੋਦੀ ਦੀ ਇੱਕ ਹੈਡਿੰਗ ਲਾ ਰਿਹਾ ਮੇਨ ਲੀਡ ਲਾ ਰਿਹਾ ਜਿਹਦਾ ਹੈ ਵਿਰੋਧੀ ਵਿਰੋਧੀ ਏਕਤਾ 20 ਲੱਖ ਕਰੋੜ ਦੇ ਘਟਾਲੇ ਦੀ ਗਰੰਟੀ ਆ ਜਿਹਦੇ ਵਿਰੋਧੀ ਏਕਤਾ ਹੋ ਰਹੀ ਹੈ ਨਾ ਜੀ 20 ਲੱਖ ਘਟਾਲਾ ਪੱਕਾ ਹੋਇਆ ਕਹਿੰਦੇ ਅੱਛਾ ਬੁੱਧੀ ਜੀ ਕਹਿੰਦੇ ਗੱਲ ਤੇ ਤਾਂ ਇਕੱਠੇ ਹੋਏ ਨੇ ਜੇ ਇਕੱਠੇ ਹੋ ਗਏ ਜਿੱਦਾ 20 ਲੱਖ ਕਰੋੜ ਰੁਪਏ ਪੱਕਾ ਘਟਾਲਾ ਕਰਨਗੇ ਇਹ ਤਾਂ ਪੱਕੀ ਗੱਲ ਹੋ ਗਈ ਹੈ ਨਾ ਜੀ ਹੁਣ ਮੋਦੀ ਜੀ ਨੂੰ ਕੋਈ ਪੁੱਛੇ ਕਿ ਇਹ ਬਿਆਨ ਕਿੰਨਾ ਹੋਛਾ ਤੇ ਕਿੰਨਾ ਕਿੰਨਾ ਕੱਚਾ ਬਿਆਨ ਹੈਗਾ ਇੱਕ ਪ੍ਰਧਾਨ ਮੰਤਰੀ ਦੇ ਤੌਰ ਤੇ ਕਿ ਤੁਸੀਂ ਕਿਸੇ ਵੀ ਪਾਰਟੀ ਨੂੰ ਕਰਪਸ਼ਨ ਦੀ ਗੱਲ ਕਰਦੇ ਹਾਂ ਤੁਹਾਡੇ ਵਾਲੀਆਂ ਕਰਪਸ਼ਨਾਂ ਦੀ ਗੱਲ ਕਰਦੇ ਨੇ ਲੋਕ ਤਾਂ ਤੁਸੀਂ ਕਹਿਦੇ ਨਵੇਂ ਨਹੀਂ ਨਹੀਂ 41% ਦੀ ਕਰਪਸ਼ਨ ਦੀ ਗੱਲ ਕਰਦੇ ਤੁਸੀਂ ਮੰਨਦੇ ਨਹੀਂਗੇ ਨਹੀਂ ਮੰਨਦੇ ਲੋਕਤ ਨੂੰ ਮਨਾ ਲੈਂਦੇ ਆ ਫਿਰ ਕਿਉਂਕਿ ਤੁਹਾਨੂੰ ਲੋਕ ਗੁਰਤਰਾ ਹਰਾਉਂਦੇ ਆ ਹਾਰ ਤੁਸੀਂ ਕਰਨਾਟਕਾ ਚ ਹਾਰ ਜਾਂਦੇ ਹੋ ਜੇ ਲੋਕ ਹਰਾਉਣਗੇ ਤਾਂ ਤੁਸੀਂ ਮੰਨੋਗੇ ਵੀ ਹਾਂ ਯਾਰ ਗੱਲ ਤਾਂ ਠੀਕ ਹੈਗੀ ਸੀ ਜੀ ਪਰ ਤੁਸੀਂ ਕਰਪਸ਼ਨ ਹੈ ਜੀ ਰਾਜਸਥਾਨ ਦੇ ਵਿੱਚ ਗੱਲ ਆਖੀ ਜੀ 81% ਕਰਪਸ਼ਨ ਵਾਲੀ ਸਰਕਾਰ ਹੈ ਰਾਜਸਥਾਨ ਹਾਂ ਪਹਿਲਾਂ ਤੁਸੀਂ ਤੁਸੀਂ ਉੱਪਰੋਂ ਈਡੀ ਭੇਜਦੇ ਹੋ ਥਾਥਾਂ ਦੇ ਉੱਪਰ ਤੇ ਰਾਜਸਥਾਨ ਦੀ ਈਡੀ ਕਰੀ ਭੇਜੀ ਤੁਸੀਂ ਤੁਸੀਂ ਥਾਥਾਂ ਦੇ ਸੀਵੀ ਭੇਜਦਨੇ ਹੋ ਰਾਜਸਥਾਨ ਚ ਕਿਸ ਕਿਸ ਨੂੰ ਸੀਵੀ ਤੁਸੀਂ ਭੇਜੀ ਜੇ 85% ਸਰਕਾਰ ਤੁਹਾਡੇ ਸਾਹਮਣੇ ਕਰਪਸ਼ਨ ਕਰ ਰਹੀ ਹੈ ਯਾਰ ਕਮਾਲ ਦੀ ਗੱਲ ਹੈ ਤੁਸੀਂ ਚੁੱਪਰੇ ਬੈਠੇ ਹੋ ਤੁਹਾਡੀ ਸੈਂਟਰ ਦੇ ਪੀਐਮ ਹੋਮ ਅਗਲਾ ਅਗਲਾ ਕੁਐਸਚਨ ਹੋਰ ਵੀ ਰੌਚਕ ਹੈ ਹਾਈ ਕੋਰਟ ਦਾ ਬਿਆਨ ਹੈ ਲਖਨਊ ਹਾਈ ਕੋਰਟ ਫਿਲਮ ਆ ਆਦੀਪੁਰਸ਼ ਉਹਦੇ ਉੱਤੇ ਜਿਹੜੀ ਟਿੱਪਣੀ ਹੈ ਹਾਈ ਕੋਰਟ ਦੀ ਉਹ ਬੜੀ ਅਹਿਮ ਹੈ ਕਿਹਾ ਹਰ ਵਾਰ ਕਿਉਂ ਹਿੰਦੂਆਂ ਦੀਆਂ ਸ਼ੈਨ ਸ਼ਕਤੀ ਦੀ ਪਰਖਿਆ ਲਈ ਜਾਂਦੀ ਹੈ ਫਿਲਮ ਦੇ ਵਿੱਚ ਜਿਹੜੀ ਚੱਕਰ ਜੋ ਬਵਾਦ ਵਿਵਾਦ ਛੜਿਆ ਹੋਇਆ ਹੈ ਹਾਈ ਕੋਰਟ ਦੀ ਟਿੱਪਣੀ ਹੈ ਕੀ ਕਿਹਾ ਹਾਂ ਲੈ ਲਓ ਆਹ ਲੈ ਲਓ ਤੁਸੀਂ ਯੂਪੀ ਦੀ ਹਾਈ ਕੋਰਟਾਂ ਜਾਉਂਦੇ ਨਾ ਬੇ ਨਾ ਲਖਨਈ ਲਖਨਊ ਯੂਪੀ ਦੀ ਹਾਈ ਕੋਰਟ ਹੈ ਜੀ ਯੂਪੀ ਦੇ ਵਿੱਚ ਭਾਜਪਾ ਸਰਕਾਰ ਹੈਗੀ ਹੈ ਜੀ ਡੈਫੀਨਿਟਲੀ ਤੇ ਯੂਪੀ ਹਿੰਦੂ ਮੁਸਲਮਾਨ ਦੀ ਗੇਮ ਪੂਰੀ ਚੱਲਦੀ ਆ ਉੱਥੇ ਵੱਡੇ ਪੱਧਰ ਤੇ ਚਲਾਉਂਦੇ ਨੇ ਜੀ ਅਗਲੇ ਅਗਲਾ ਦਾ ਰਾਜ ਆ ਜੀ ਜੋ ਮਰਜ਼ੀ ਕਰਨਗੇ ਅੱਛਾ ਇੱਥੇ ਮੈਂ ਇੱਕ ਹੋਰ ਮੈਂ ਥੋੜਾ ਡਿਫਰ ਕਰਦਾ ਮੈਂ ਬਨਾਰਸ ਵੀ ਗਿਆ ਸੀ ਤੇ ਮੈਂ ਯੂਪੀ ਲਖਨਊ ਖਾਸ ਤੌਰ ਤੇ ਮੇਰੀ ਕਜ਼ਨ ਆ ਉਹਦੇ ਬੇٹے ਦਾ ਵਿਆਹ ਸੀ ਮੈਂ ਉੱਥੇ ਗਿਆ ਸੀ ਮੈਂ ਆ ਕੇ ਵੀ ਗੱਲ ਕੀਤੀ ਸੀ ਉਸ ਤੋਂ ਅਰਦਾਸ ਦੇ ਵਿੱਚ ਦੋਹਰਾ ਨਹੀਂ ਪੜਿਆ ਉੱਥੇ ਉਹੀ ਮੈਂ ਗੱਲ ਕੀਤੀ ਹਾਲਾਂਕਿ ਮੈਂ ਗਰੰਤੀ ਸਿੰਘ ਮੁੜ ਕੇ ਜਾ ਕੇ ਮਿਲਦੀ ਕੋਸ਼ਿਸ਼ ਕੀਤੀ ਸੀ ਰਾਜ ਕਰੇਗਾ ਖਾਲਸਾ ਆਕੀ ਰਹਿਣਾ ਕੋਈ ਵਾਲਾ ਦੋਹਰਾ ਨਹੀਂ ਪੜਿਆ ਬਾਅਦ ਦੇ ਵਿੱਚ ਉਹਨਾਂ ਨੇ ਅਰਦਾਸ ਦੀ ਉੱਥੋਂ ਸਮਾਪਤ ਕਰਤਾ ਕੀ ਪਾਬੰਦੀ ਹੈ ਉਹਨਾਂ ਨੂੰ ਬਾਹਰ ਸੂਬੇ ਦੇ ਵਿੱਚੋਂ ਪੰਜਾਬ ਦੇ ਵਿੱਚ ਪੜਿਆ ਜਾਂਦਾ ਕੈਨੇਡਾ ਅਮਰੀਕਾ ਹੋਰ ਦੇਸ਼ਾਂ ਦੇ ਵਿੱਚ ਪੜਿਆ ਜਾਂਦਾ ਉਸ ਸੂਬੇ ਦੇ ਵਿੱਚ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਸੀ ਇਹ ਦੋਹਰਾ ਨਹੀਂ ਪੜਿਆ ਮੈਂ ਕੋਸ਼ਿਸ਼ ਕੀਤੀ ਸੀ ਕਿ ਭਾਈ ਸਾਹਿਬ ਨੂੰ ਜਾ ਕੇ ਪੁੱਛਾਂ ਪਰ ਉਹ ਚਲੇ ਗਏ ਜਾਂਦਿਆਂ ਮੈਂ ਆਕੇ ਇਥੇ ਗੱਲ ਵੀ ਕੀਤੀ ਮੇਰਾ ਡਰਾਈਵਰ ਸੀ 4 ਦਿਨ ਮੇਕੋ ਰਿਆ ਮੈਂ 4 ਦਿਨ ਰਿਆ ਲਖਨਊ ਉਹ ਮੁਸਲਮਾਨ ਸੀ ਮੈਂ ਉਹਨੂੰ ਪੁੱਛਿਆ ਮੈਂ ਕਹਿੰਦਾ ਵੀ ਇਥੇ ਇਹ ਸੋਨੂੰ ਮਿਲਦਾ ਬੜਾ ਕਿ Hindu ਮੁਸਲਮਾਨ ਦੀ ਬੜੀ ਇਥੇ ਮਤਲਬ ਜਿਹੜੀ ਆਪਸ ਵਿੱਚ ਬੜਾ ਖਚਾ ਆ ਉਹ ਕਹਿੰਦਾ ਮੈਂ ਜੰਮਿਆ Hindu ਭਾਈਚਾਰੇ ਦੇ ਆਸ-ਪਾਸ ਆ ਮੇਰਾ ਜਿਹੜਾ ਮਾਲਕ ਹੈ ਉਹ Hindu ਆ ਕੋਈ ਤਿਹਾਰ ਹੋਵੇ ਉਹ ਮੇਰੇ ਘਰੇ ਆਉਂਦਾ ਮੈਂ ਉਹਦੇ ਘਰ ਜਾਂਦਾ ਹੂੰ ਬਟ ਆ ਜਿਹੜੀ ਰਾਜਨੀਤੀ ਇਸ ਤਰ੍ਹਾਂ ਦੀ ਗੰਦੀ ਹੈ ਉਹਨੇ ਕਿਹਾ ਕਿ ਰਾਜਨੀਤਿਕ ਲੋਕ ਕਰਦੇ ਨੇ ਕੁਝ ਇੱਕ ਜਿਨ੍ਹਾਂ ਨੂੰ ਕੰਮ ਨਹੀਂ ਹੈਗਾ ਇੱਥੇ ਵੀ ਵੇਲੇ ਨੇ ਉਹ ਮੁਸਲਮਾਨਾਂ ਵਾਲੇ ਪਾਸੇ ਵੀ ਡਾਂਗਾ ਫੜ ਕੇ ਫਿਰ ਤੁਰੇ ਫਿਰਦੇ ਨੇ ਰਾਜਨੀਤੀ ਚਮਕਾਉਣ ਵਾਸਤੇ ਤੇ ਉਹ ਦੂਜੇ ਪਾਸੇ ਵੀ ਤਰੇ ਫਿਰਦੇ ਨੇ ਤੇ ਉਹਦਾ ਮੈਨੂੰ ਇਹ ਕਹਿਣਾ ਕਿ ਮੈਂ ਇੰਨੇ ਚਿਰ ਤੋਂ ਗੱਡੀ ਚਲਾਉਣਾ ਮੈਨੂੰ ਕਦੀ ਕੋਈ ਪ੍ਰੋਬਲਮ ਨਹੀਂ ਇਹਦਾ ਮਤਲਬ ਆਮ ਮਿਆਕ ਵੀ ਗੱਲ ਕੀਤੀ ਇਹਦਾ ਮਤਲਬ ਆਮ ਲੋਕ ਜਿਹੜੇ ਨੇ ਉਹ ਆਪਸ ਵਿੱਚ ਇਕੱਠੇ ਰਹਿਣਾ ਚਾਹੁੰਦੇ ਨੇ ਸਾਡੇ ਰਾਜਨੀਤਿਕ ਲੋਕ ਸਿਰਫ ਰਾਜਨੀਤੀ ਕਰਕੇ ਸਾਨੂੰ ਲੜਾਉਣਾ ਚਾਹੁੰਦੇ ਨੇ ਜਨਾਬ ਜਨਾਬ ਗੱਲ ਬਹੁਤ ਕਮਾਲ ਦੀ ਸੁਣਾਉਣ ਲੱਗਿਆ ਮੈਂ ਕੱਲ ਦੀ ਉਹ ਗੱਲ ਹੈ ਅੱਜ ਦੀ ਪੰਚਾ ਚਾਚਾ ਜੀ ਖਾਰਵੀ ਚਾਚਾ ਹੋਵੇ ਲਾਰੈਂਸ ਕੋਈ ਕਹਿੰਦਾ ਸਾਨੂੰ ਵੱਡੇ ਵੱਡੇ ਲੀਡਰ ਵੱਡੇ ਵੱਡੇ ਲੋਕ ਆ ਕੇ ਸੰਪਰਕ ਕਰਦੇ ਆ ਜੀ ਜੀ ਸਾਨੂੰ ਸਾਨੂੰ ਕਹਿੰਦੇ ਆ ਕਿ ਸਾਨੂੰ ਤੁਸੀਂ ਧਮਕੀ ਭੇਜੋ ਹੂੰ ਤਾਂ ਕਿ ਸਾਨੂੰ ਸੁਰੱਖਿਆ ਮਿਲ ਜਵੇ ਸਾਨੂੰ ਧਮਕੀ ਪੇ ਜੋ ਤੁਸੀਂ ਉਹ ਮਾਰਨ ਦੀ ਧਮਕੀ ਪੇ ਤਾਂ ਵੀ ਕਿ ਸੁਰੱਖਿਆ ਮਿਲ ਜੇ ਸਾਨੂੰ ਉਹਦੇ ਪੈਸੇ ਮਿਲਦੇ ਨੇ ਸਾਡਾ ਤਕਰੀਬਨ 2.5 ਕਰੋੜ ਰੁਪਇਆ ਮੰਥਲੀ ਇਹਦਾ ਇਨਕਮ ਹੈ ਸਾਨੂੰ 2.5 ਕਰੋੜ ਰੁਪਇਆ ਮੰਥਲੀ ਕਹਿ ਰਿਹਾ ਹੁਣ ਗੱਲ ਆ ਗਈ ਹਿੰਦੂਤਵਾਦੀ ਜਾਂ ਕਿ ਇਹਨਾਂ ਲੋਕਾਂ ਦੇ ਲੀਡਰਾਂ ਦੀ ਲੀਡਰ ਜੇਕਰ ਲਾਰਸ ਨੂੰ ਕਹਿ ਸਕਦਾ ਤਾਂ ਇਥੇ ਪਟਿਆਲੇ ਵਿੱਚ ਨਾ ਜੀ ਕੋਈ ਹਿੰਦੂਤਵਾ ਨੇਤਾ ਹੈਗੇ ਨੇ ਜੀ ਉਹਨਾਂ ਕੋਲੇ ਨਾ ਜੀ ਪਿਛਲੇ ਸਮੇਂ ਦੇ ਚਿੱਠੀਆਂ ਬਣੀਆਂ ਆ ਉਰਦੂ ਚ ਲਿਖੀਆਂ ਹੋਈਆਂ ਪਤਾ ਨਹੀਂ ਕਿੱਥੋਂ ਮੋਹਰ ਲੱਗਦੀ ਸੀਗੀ ਜੀ ਕਿੱਠੀਆਂ ਬੜੀਆਂ ਜਾਂਾਂ ਕਿੱਠੀਆਂ ਬੜੀਆਂ ਜਾਂਾਂ ਤੇ ਉਹਨਾਂ ਦੇ ਕਹਿੰਦੇ ਸਾਨੂੰ ਸੁਰੱਖਿਆ ਦਿਓ ਜੀ ਤਾਂ ਹੁਣ ਸੁਰੱਖਿਆ ਵੀ ਉਹਨਾਂ ਨੂੰ ਮਿਲ ਗਈ ਤੇ ਉਹ ਸੁਰੱਖਿਆ ਨੇ ਹਜੇ ਕੰਮ ਕੀਤਾ ਚਾਵਲਾ ਸਾਹਿਬ ਕੇ ਦੰਗੇ ਕਰਾ ਕੇ ਪਟਾੜੇ ਦੇ ਵਿੱਚ ਤੁਹਾਨੂੰ ਪਤਾ ਹੋਣਾ ਕਿ ਕਿੰਨਾ ਜ਼ਿਆਦਾ ਖਰਚਾ ਹੋਇਆ ਜੀ 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 ਕਿੰਨੇ ਬੰਦੇ ਅੰਦਰ ਹੋਏ ਜੀ ਫਿਰ ਉਹ ਐਦਾਂ ਹੁੰਦਾ ਜੀ ਕੰਮ ਜੀ ਜੀ ਕੋਲਰ ਮੇਰੇ ਕੋਲ ਪਾਰਤ ਵਿੱਚ ਅਕਤੂਬਰ ਨਵੰਬਰ ਵਿੱਚ ਜਿਹੜੇ 46 ਦਿਨ ਤੇ 48 ਕ੍ਰਿਕਟ ਮੈਚ ਹੋਣੇ ਨੇ ਜਿਆਦਾਤਰ ਜਿਹੜੇ ਮੈਚ ਨੇ ਉਹ ਨਰਿੰਦਰ ਮੋਦੀ ਦੀ ਖੇਡ ਸਟੇਡੀਅਮ ਵਿੱਚ ਹੋਣਗੇ ਇੱਥੇ ਵੀ ਰਾਜਨੀਤੀ ਹੋਣੀ ਕਿਉਂਕਿ ਮੈਂ ਨਹੀਂ ਕਹਿ ਰਿਹਾ ਇਹ ਰਾਜਨੀਤੀ ਕਿਉਂਕਿ ਇੰਟਰਨੈਸ਼ਨਲ ਕ੍ਰਿਕਟ ਕਾਉਂਸਲ ਨੇ ਕੀਤਾ ਐਲਾਨ ਸਾਰੇ ਭਾਰਤ ਚ ਮੈਚ ਖੇਡੇ ਜਾਣਗੇ ਤੇ ਮੀਤ ਹੇਰ ਸਾਹਿਬ ਕਹਿੰਦੇ ਨੇ ਕਿ ਪੰਜਾਬ ਨੂੰ ਇੱਕ ਵੀ ਮੈਚ ਸਿਆਸਤ ਦੀ ਵਜ੍ਹਾ ਕਰਕੇ ਨਹੀਂ ਦਿੱਤਾ ਗਿਆ ਸਾਰੇ ਭਾਰਤ ਚ ਹੋਣਗੇ ਇਹਦਾ ਮਤਲਬ ਵੀ ਇੱਕ ਵੀ ਭਾਰਤ ਵਿੱਚ ਨਹੀਂ ਜੇ ਪੰਜਾਬ ਵਿੱਚ ਨਹੀਂ ਦਿੱਤਾ ਗਿਆ ਤਾਂ ਇਹਦਾ ਮਤਲਬ ਸਾਰੇ ਭਾਰਤ ਚ ਦਰਨਾ ਹੋਏ ਤੇ ਮੀਤ ਹੇਰ ਕੇ ਸਹੀ ਲੱਗਦਾ ਵੀ ਰਾਜਨੀਤੀ ਸਾਡੇ ਨਾਲ ਹੋ ਗਈ ਕਿਉਂਕਿ ਜੇ ਨਰਿੰਦਰ ਮੋਦੀ ਖੇਡ ਸਟੇਡੀਅਮ ਵਿੱਚ ਹੋਣਗੇ ਤੇ ਕਿਤੇ ਨਾ ਕਿਤੇ ਨਰਿੰਦਰ ਮੋਦੀ ਨਰਿੰਦਰ ਮੋਦੀ ਨਰਿੰਦਰ ਮੋਦੀ ਤੇ ਗੂੰਜੇਗਾ ਹੀ ਨਾ ਮੈਂ ਇਹਦਾ ਮਤਲਬ ਇੰਟਰਨੈਸ਼ਨਲ ਕ੍ਰਿਕਟ ਅਸੋਸੀਏਸ਼ਨ ਵੀ ਇਹਦਾ ਮਤਲਬ ਮੋਦੀ ਜੀ ਨੇ ਘੇਰ ਲਈ ਇਹਦਾ ਮਤਲਬ ਆ ਇਹਨੂੰ ਇਹ ਲੈ ਲਈ ਵੀ ਇੰਟਰਨੈਸ਼ਨਲ ਕ੍ਰਿਕਟ ਜਿਹੜੀ ਕਿ ਸੰਸਥਾ ਹੈਗੀ ਆ ਉਹਦੇ ਵੀ ਹੁਣ ਦੇਖੋ ਚਾਵਲਾ ਸਾਹਿਬ ਇਹ ਇਦਾਂ ਨਹੀਂ ਹੈਗਾ ਆਹ ਜਿਆਦਾਤਰ ਮੈਚ ਨਰਿੰਦਰ ਮੋਦੀ ਦੇ ਖੇਡ ਸਟੇਡੀਅਮ ਵਿੱਚ ਨਰਿੰਦਰ ਮੋਦੀ ਨਾਂ ਦਾ ਖੇਡ ਸਟੇਡੀਅਮ ਆਹਮਦਾਬਾਦ ਦੇ ਵਿੱਚ ਉੱਥੇ ਹੋਣਗੇ। ਭਾਰਤ-ਆਸਟ੍ਰੇਲੀਆ ਦਾ ਮੈਚ ਹੋਏਗਾ ਚੰਨਈ ਵਿੱਚ। ਭਾਰਤ-ਅਫਗਾਨਿਸਤਾਨ ਦਾ ਮੈਚ ਹੋਏਗਾ ਦਿੱਲੀ ਦੇ ਵਿੱਚ। ਭਾਰਤ-ਪਾਕਿਸਤਾਨ ਦਾ ਮੈਚ ਹੋਏਗਾ ਆਹਮਦਾਬਾਦ ਦੇ ਵਿੱਚ ਉੱਥੇ ਚੰਨਈ ਉਹ ਜਿਹੜਾ ਨਰਿੰਦਰ ਮੋਦੀ ਵਾਲਾ ਹੈਗਾ। ਭਾਰਤ-ਪੱਤਾ ਦੇਸ਼ ਦਾ ਮੈਚ ਹੋਵੇਗਾ ਪੁਣੇ 'ਚ। ਭਾਰਤ-ਨਿਊਜ਼ੀਲੈਂਡ ਦਾ ਮੈਚ ਹੋਏਗਾ ਧਰਮਸ਼ਾਲਾ ਵਿੱਚ। ਤੇ ਭਾਰਤ-ਇੰਗਲੈਂਡ ਦਾ ਮੈਚ ਹੋਏਗਾ ਲਖਨਊ 'ਚ। ਭਾਰਤ ਇੱਕ ਹੋਰ ਆ ਕੁਆਲੀਫਾਇਰ ਦਾ ਮੈਚ ਹੋਏਗਾ ਮੁੰਬਈ ਵਿੱਚ ਭਾਰਤ ਦੱਖਣੀ ਅਫਰੀਕਾ ਦਾ ਮੈਚ ਹੋਏਗਾ ਕੋਲਕਾਤਾ ਚ ਤੇ ਭਾਰਤ ਕੁਆਲੀਫਾਇਰ ਦਾ ਮੈਚ ਹੋਏਗਾ ਬੰਗਲੂਰੂ ਚ ਇਹ ਮਰਕੇ ਵੀ ਜ਼ਿਆਦਾਤਰ ਮੈਚ ਜਿਹੜੇ ਭਾਰਤ ਤੇ ਨਾਲ ਦੂਜੇ ਦੇਸ਼ਾਂ ਦੇ ਮੈਚ ਨੇ ਉਹ ਇੱਕ ਮੈਚ ਅੰਮਦਾਬਾਦ ਦਾ ਬਾਕੀ ਮੁਲਕਾਂ ਦੇ ਮੈਚ ਸਾਰੇ ਹੀ ਨਰਿੰਦਰ ਮੋਦੀ ਦੇ ਬਾਕੀ ਮੁਲਕਾਂ ਦੇ ਜੀ ਉਹ ਪਾਕਿਸਤਾਨ ਪਾਕਿਸਤਾਨ ਵਰਸਸ ਜਿਹੜਾ ਕਿ ਮੈਚ ਹੋ ਰਿਹਾ ਪਾਕਿਸਤਾਨ ਦਾ ਭਾਰਤ ਨਾਲ ਤੇ ਉਹ ਉਹਨਾਂ ਨੇ ਪਹਿਲਾਂ ਇੰਟਰਨੈਸ਼ਨਲ ਕ੍ਰਿਕਟ ਐਸੋਸੀਏਸ਼ਨ ਨੇ ਪਾਕਿਸਤਾਨ ਤੋਂ ਪੁੱਛਿਆ ਹੀ ਜਾ ਕੇ ਵੀ ਤੁਸੀਂ ਭਾਰਤ 'ਚ ਮੈਚ ਖੇਡਣਾ ਪਸੰਦ ਕਰੋਗੇ ਤਾਂ ਉਹ ਜੈਸ ਕੀਤੀ ਸੀ ਤਾਂ ਉਹ ਵੀ ਭਾਰਤ ਵਿੱਚ ਮੈਚ ਆਈ ਥਿੰਕ 15 ਅਕਤੂਬਰ ਨੂੰ ਹੋਏਗਾ ਭਾਰਤ ਵਿੱਚ ਤੇ ਮੀਥ ਹੇਅਰ ਨੇ ਕਿਹਾ ਕਿ ਬਹੁਤ ਵੱਡਾ ਸਟੇਡੀਅਮ ਆ ਮੋਹਾਲੀ ਦੇ ਵਿੱਚ ਉੱਥੇ ਮੈਚ ਹੋਣੇ ਚਾਹੀਦੇ ਸੀਗੇ ਉੱਥੇ ਅੰਤਰਰਾਸ਼ਟਰੀ ਪੱਧਰ ਦੇ ਮੈਚ ਹੁੰਦੇ ਆ ਕਿਉਂਕਿ ਇਹ ਸਰਕਾਰ ਭਾਜਪਾ ਦੀ ਨਹੀਂ ਹੈਗੀ ਇਸ ਕਰਕੇ ਭਾਜਪਾ ਨੇ ਕੇਂਦਰ ਸਰਕਾਰ ਨੇ ਇੱਥੇ ਮੈਚ ਕਿਉਂਕਿ ਮੈਂ ਪਹਿਲਾਂ ਗੱਲ ਕੀ ਹੈ ਮੈਂ ਇੰਟਰਨੈਟ 'ਚ ਕ੍ਰਿਕਟੇਸ਼ਨ ਇਦਾਂ ਨਹੀਂ ਹੁੰਦਾ ਜਿਆਦਾ ਸਾਹਿਬ ਅਸਲ ਵਿੱਚ ਭਾਰਤ ਮੇਜ਼ਬਾਨੀ ਕਰ ਰਿਹਾ ਭਾਰਤ ਮੇਜ਼ਬਾਨੀ ਕਰ ਰਿਹਾ ਤੇ ਭਾਰਤ ਨੂੰ ਹੀ ਇਹ ਹੱਕ ਹੈ ਕਿ ਉਹ ਕਿਹੜਾ ਮੈਚ ਇੱਥੇ ਕਰਾਵੇ ਇਸ ਭਾਰਤ ਦੇਗਾ ਤੁਸੀਂ ਕੀ ਦਾ ਸਾਹਿਬ ਮੈਂ ਪਹਿਲਾਂ ਜਵਾਬ ਦੇਣ ਲੱਗਾ ਜੀ ਤੁਹਾਡੇ ਘਰ ਆਉਂਦੇ ਮਹਿਮਾਨ ਠੀਕ ਹੈ ਤੇ ਮਹਿਮਾਨਾਂ ਨੂੰ ਤੁਸੀਂ ਬੈਡਰੂਮ ਦੇਣ ਹੁੰਦੇ ਆ ਆਪਣੀ ਮਰਜ਼ੀ ਨਾਲ ਕਦੇ ਵੇਲੇ ਅਸੀਂ ਮਾਸਟਰ ਬੈਡਰੂਮ ਦੇ ਦਿੰਦੇ ਆ ਵੀ ਚੱਲ ਕੋਈ ਨਹੀਂ ਯਾਰ ਚਾਰ ਜਣੇ ਆਏ ਤਾਂ ਆਪਣੇ ਬੈਡਰੂਮ ਦੇ ਦਿਦੋ ਬੰਦਾ ਖਾਸ ਆ ਤੇ ਕਦੇ ਵੇਲੇ ਅਸੀਂ ਬੈਡਰੂਮ ਆਪਣੇ ਉਹਨਾਂ ਦੇ ਜਿਹੜੇ ਨੇ ਗੈਸਟ ਬਲੇ ਬਣਾਏ ਨੇ ਉੱਥੇ ਦੇਣੇ ਹੁੰਦੇ ਹੁਣ ਭਾਰਤ ਨੇ ਮੇਜ਼ਬਾਨੀ ਕਰਨੀ ਤੇ ਭਾਰਤ ਨੇ ਲਿਸਟ ਦੇਣੀ ਵੀ ਅਸੀਂ ਕਿੱਥੇ ਕਿੱਥੇ ਘਡਾਉਣਾ ਚਾਹੁੰਦੇ ਆ ਯਾ ਬਿਲਕੁਲ ਬਿਲਕੁਲ ਉਹ ਸਿੰਦ ਦੇਣੀ ਆ ਇਸ ਕਰਕੇ ਭਾਰ ਚੰਮਵਾਰ ਆ ਇਹਦੇ ਵਿੱਚ ਉਹ ਥੋੜੀ ਜ਼ਿੰਮੇਵਾਰ ਆ ਕਿ ਕ੍ਰਿਕਟ ਐਸੋਸੀਏਸ਼ਨ ਦਾ ਤੇ ਕੋ ਲੈਣ ਦੇਣੀ ਕੋਈ ਨਹੀਂ ਉਹਨਾਂ ਤੇ ਕਿ ਲਿਸਟ ਵੇਖਣੀ ਹੈ ਬਈ ਇੱਥੇ ਇੱਥੇ ਜਾਣਾ ਖੈਰ ਮੇਰਾ ਕਾਲਰ ਨੇ ਉਹ ਲੈਨੇ ਆ ਪਰੰਤੂ ਜੇਕਰ ਮੈਚਾਂ ਦੀ ਗੱਲ ਚੱਲੀ ਹੈ ਤਾਂ ਦੋਸਤੋ 14 15 ਖਿਡਾਰੀ ਚੋਟੀ ਦੇ ਦਰਸ਼ਨੀ ਖਿਡਾਰੀ ਜਿਹੜੇ ਨੇ ਪੰਜਾਬ ਤੋਂ ਪਹੁੰਚ ਚੁੱਕੇ ਨੇ ਕੁਝ ਇੱਕ ਨਵੇਂ ਖਿਡਾਰੀ ਹੋਰ ਵੀ ਆ ਰਹੇ ਨੇ ਕਬੱਡੀ 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 ਕਰਨਗੇ ਬ੍ਰੈਂਟਨ ਕਬੱਡੀ ਕਲੱਬ ਵੱਲੋਂ ਜਿਹੜਾ ਹੈ ਜੋ ਖਾਸ ਤੌਰ ਤੇ ਨੈਸ਼ਨਲ ਕਬੱਡੀ ਫੈਡਰੇਸ਼ਨ ਆਫ 온ਟਾਰੀਓ ਦੀ ਨਿਗਰਾਨੀ ਹੇਠ ਸੀਏਏ ਸੈਂਟਰ ਬ੍ਰੈਂਪਟਨ ਦੇ ਵਿੱਚ ਫ੍ਰੀ 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 ਟੂਰਨਾਮੈਂਟ ਕਰਵਾਏ ਜਾ ਰਹੇ ਨੇ ਇਸ ਵੀਕਐਂਡ ਤੇ ਸੰਡੇ ਨੂੰ ਜਰੂਰ ਦੇਖਣ ਜਾਣਾ 2 ਤਰੀਕ ਨੂੰ ਤੇ ਲੋ ਆਪਾਂ ਇੱਕ ਕਾਲਰ ਨੇ ਬਿਰਨਾ ਦੇਖਦੇ ਹਾਂ ਕੀ ਕਹਿਣਾ ਚਾਹੁੰਦੇ ਆ ਵੈਲਕਮ ਜੀ ਹਾਂ ਸਤਿਗੁਰ ਜੀ ਸਤਿਗੁਰ ਆ ਮੈਂ ਕਿ ਦੱਸਾਂ ਉਹ ਕਿੱਕੜ ਦਾ ਤਾਂ ਉਹਨਾਂ ਦੇ ਕਬਜ਼ੇ 'ਚ ਹੈਗੀ ਹੈ ਜੀ ਆਪਣਾ ਮਮਿਤ ਸ਼ਾਹ ਦਾ ਮੁੰਡਾ ਹੈਗਾ ਮੇਰੇ ਖਿਆਲ ਹੌਲੀ ਨਾਲ ਆ ਰਿਹਾ ਹਮੁਸਤੋ ਤੇ ਬਾਕੀ ਮੈਂ ਗੱਲ ਕਰਨੀ ਸੀ ਜਬ ਲਈ ਜਿਹੜੇ ਤੁਸੀਂਾਂ ਗੱਲ ਆਪਣੇ ਗੁਰਦੁਆਰੇ ਦੀ ਕੀਤੇ ਜੇ ਅਰਦਾਸ ਦੇ ਵਿੱਚ ਮੈਂ ਉੱਥੇ ਯੂਪੀ ਚ ਰਾਜ ਕਰੇਗਾ ਸਾਫ ਤਾਂ ਨਹੀਂ ਪੜਦੇ ਯੂਪੀ ਦੇ ਗੁਰਦੁਆਰੇ ਹਾਂਜੀ ਇਹ ਇੱਥੇ ਵੀ ਹੈਗੇ ਅਜੀ ਕਈ ਗੁਰਦੁਆਰੇ ਕਹੋਂ ਤਾਂ ਮੈਂ 10 ਵੀ ਦਿਨਾਂ ਅਸੀਂ ਪਾਠ ਕਰਵਾਇਆ ਸੀ ਘਰ ਤਾਂ ਗਨ ਪਾਠ ਤਾਂ ਉਹ ਨੂੰ ਨਹੀਂ ਪਤਾ ਸੀ ਵੀ ਇਹ ਕਰਨਾ ਹੈ ਕਿ ਨਹੀਂ ਪਰ ਉਹਨਾਂ ਨੇ ਅਰਦਾਸ 'ਚ ਨਹੀਂ ਪੜਿਆ ਤੁਹਾਨੂੰ ਅੱਛਾ ਇਹਦੇ ਉੱਤੇ ਵੀ ਮੈਂ ਨਾ ਤੁਹਾਡਾ ਫੇਕ ਕਰੂੰਗਾ ਗੱਲ ਮੇਰੇ ਕੋਲ ਰਹਿਤ ਮੇਰੇ ਦਾ ਪਈਆ ਅਰਦਾਸ ਵੀ ਪਈ ਹੈ ਫਿਰ ਮੈਂ ਮੈਂ ਖੋਜੀ ਗਿਆ ਬੰਦਾ ਤੇ ਫਿਰ ਆ ਕੇ ਮੈਂ ਰਹਿਤ ਮਰਿਆਦਾ ਦੇ ਵਿੱਚ ਵੇਖਿਆ ਰਹਿਤ ਮਰਿਆਦਾ ਦੇ ਵਿੱਚ ਜਿਹੜੀ ਤੁਹਾਡੀ ਖਰੜਾ ਆ ਉਹਦੇ ਵਿੱਚ ਮਿਰਖਾ ਚ ਸ਼ਾਇਦ ਇਹਨਾਂ ਦੀ ਬਣੀ ਕਿਉਂ ਨਹੀਂ ਕਿ ਖਰੜਾ ਖਰੜੇ ਦਾ ਖਰੜਾ ਉਦਾਂ ਕੋ ਰਹਿ ਗਿਆ ਇਹਦੇ ਵਿੱਚ ਵੀ ਜਿਹੜਾ ਅੰਤਮ ਦੋਰਾ ਹੈ ਨਾ ਉਹਦੇ ਵਿੱਚ ਨਹੀਂ ਲਿਖਿਆ ਰਾਜ ਕਰੇਗਾ ਖਾਲਸਾ ਹਾਂ ਮਤਲਬ ਇਹ ਉਹ ਇੱਕ ਫਿਰ ਪਤਾ ਲੱਗਿਆ ਸਾਨੂੰ ਪਾਕੀ ਬਾਹਰੋਂ ਕਿਸੇ ਪਤਾ ਨਹੀਂ ਸੀ ਵੀ ਪਾਕੀ ਸੰਦਾਈ ਸੀ ਵੀ ਚਲੋ ਪਾਕੀ ਹੈ ਨਹੀਂ ਕੋਈ ਵੀ ਨਹੀਂ ਚਾਹੇ ਨਹੀਂ ਅਰੇ ਅਰੇ ਉਹ ਕਿਸੇ ਖਾਸ ਠਾੜ ਦੇ ਨਾਲ ਸੰਬੰਧ ਨਹੀਂ ਠਾੜ ਦੀ ਨਹੀਂ ਮੈਂ ਦੱਸਦਾ ਵੀਰੇ ਪਤਾ ਕੀ ਆਪਾਂ ਨਾ ਮੈਂ ਫੇੜਾ ਖੋਜੀਆਂ ਫਿਰ ਮੈਂ ਆ ਕੇ ਆਪਣਾ ਪਹਿਲਾਂ ਵੇਖਿਆ ਵੀ ਸਾਡੀ ਰਹਿਤ ਮਰਿਆਦਾ ਕੀ ਕਹਿੰਦੀ ਸਾਡੀ ਜਿਹੜੀ ਖਰੜੇ ਦੇ ਵਿੱਚ ਰਹਿਤ ਮਰਿਆਦਾ ਜਿਹੜੀਆਂ ਦੋ ਤਿੰਨ ਤਰ੍ਹਾਂ ਦੀਆਂ ਰਹਿਤ ਮਰਿਆਦਾ ਨੇ ਚਲੋ ਸਮਾਂ ਕਿਦਾਂ ਸਾਹਬ ਦਾ ਹੈ ਇਹ ਦੇ ਇੱਥੇ ਹੋਣਗੇ ਨਹੀਂ ਪੜਦੇ ਹੋਣਗੇ ਇੱਥੇ ਤਾਂ ਕਈ ਮਤਲਬ ਠੰਡਾ ਤਾਂ ਕਿ ਹਾਸਮੇ ਕਲਗੀ ਸੋਹੇ ਸੀਸ ਸੋਹ ਹਮਰੀ ਰਸ਼ਿਆ ਕਰੇ ਕਲਗੀ ਧਾਰ ਜਗਦੀਸ਼ ਇਹ ਵੀ ਪੜਦੇ ਨੇ ਕਈ ਨਹੀਂ ਪੜਦੇ ਅੱਛਾ ਅਰਦਾਸ ਇਹ ਅਰਦਾਸ ਦੇਖੋ ਵੀਰੇ ਅਰਦਾਸ ਜਿਹੜੀ ਹੈ ਨਾ ਰਹਿਤ ਬਰਾਦਰ ਦੇ ਪੰਨਾ ਨੰਬਰ 10 ਤੇ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਤੋਂ ਸ਼ੁਰੂ ਹੋ ਕੇ ਤੇ ਸਾਡੀ ਜਿਹੜੀ ਅਰਦਾਸ ਹੈ ਇਹ ਖਰੜੇ ਦੇ ਮੁਤਾਬਕ ਉਹ ਉੱਥੇ ਹੀ ਖਤਮ ਹੋ ਜਾਂਦੀ ਹੈ ਇਹਦੇ ਵਿੱਚ ਕੋਈ ਨਹੀਂ ਹੈ ਜਿੱਥੇ ਮਤਲਬ ਕਿ ਰਾਜ ਕਰੇਗਾ ਖਾਲਸਾ ਹਾਂਜੀ ਉਹ ਹੈ ਨਹੀਂਗਾ ਮਤਲਬ ਆਖਰੀ ਹੇ ਨਿਮਾਣੇ ਦੇ ਮਾਨ ਨਿਤਾਣੇ ਦੇ ਤਾਂ ਨਿਉਟਿਆਂ ਦੀ ਔਰ ਸੱਚੇ ਪਾਤਸ਼ਾਹ ਵੈਗਰੂ ਆਪਦੇ ਹਜੂਰ ਅਰਦਾਸ ਜਿਹਦੀ ਅਰਦਾਸ ਹੈ ਉਹ ਪੜਨਾ ਅਖਰਵਾਦਾ ਘਾਟਾ ਪੁਲ ਚਕ ਮਾਫ ਸਰਬਾਧ ਦੇ ਕਾਰਜਲਾਸ ਕਰਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ ਦੀ ਕਲਾ ਤੇਰੇ ਬਾਣੇ ਸਰਬਾਦਾ ਪੜਾ ਇਹ ਮੈਂ ਆਪਣੀ ਖੋਜ ਦੇ ਮੁਤਾਬਕ ਆ ਕੇ ਫਿਰ ਜਦੋਂ ਉੱਥੇ ਨਹੀਂ ਪੜਿਆ ਗਿਆ ਮੈਨੂੰ ਨਹੀਂ ਲੱਗੀ ਸਿੰਘ ਮਿਲੇ ਫਿਰ ਮੈਂ ਕਿਹਾ ਸਾਡਾ ਖਰੜਾ ਕੀ ਕਹਿੰਦਾ ਕਿਉਂਕਿ ਦਰਬਾਰ ਸਾਹਿਬ ਦੇ ਵਿੱਚ ਵੀ ਇਹ ਨਹੀਂ ਪੜਿਆ ਜਾਂਦਾ ਸ਼ੈਤਾਨ ਪਾਦਾ ਉਹ ਨਹੀਂ ਲੱਭਣੀ ਬਸ ਮੇਰੇ ਦਰਬਾਰ ਸਾਹਿਬ ਦੇ ਵਿੱਚ ਹੀ ਕਿਹਾ ਸੀਗਾ ਜੋ ਕਹਿੰਦੇ ਰਾਤਕਾਲਕ ਸਾਹਿਬ ਤੇ ਹੁੰਦਾ ਦਰਬਾਰ ਸਾਹਿਬ ਤੇ ਨਹੀਂ ਸ਼ਾਇਦ ਹੁੰਦਾ ਮਿਹਰਬਾਨ ਜੀ ਥੈਂਕ ਯੂ ਓਕੇ ਲੋ ਜੀ ਮੇਰੀ ਜਿੰਨੀ ਕੁ ਨੌਲੇਜ ਆ ਜੀ ਮੈਂ ਤੇ ਫੇਰ ਖੋਜੀ ਜਾ ਸੀ ਫਿਰ ਮੈਂ ਆ ਕੇ ਕਿਹਾ ਸਾਹਿਬ ਆਪਣੇ ਖਰੜਾ ਪੜਿਆ ਵੀ ਮੇਰੇ ਕੋ ਰਹਿਤ ਮਰਿਆਦਾ ਮੈਂ ਉਹਨੂੰ ਫੋਲੋ ਫੋਲੋ ਕਰਾਂ ਵੀ ਰਹਿਤ ਮਰਿਆਦਾ ਕੀ ਕਹਿੰਦੀ ਹੈ ਕੇ ਜਨਨ ਸਿੰਘ ਬਸਾਉਂਦਾ ਪਹਿਲਾਂ ਪਹਿਲਾਂ ਚਵਲਾ ਸਾਹਿਬ ਹੈਗਾ ਸੀਗਾ ਰਾਤ ਮਰਿਆਦਾ ਵਿੱਚ ਰਾਜ ਕਰਿਆ ਖਾਲਸਾ ਇਹ ਕਿਹੜਾ ਇਹੇ ਸੋਧ ਦਿੱਤੀ ਗਈ ਹੈ ਨਾ ਹੌਲੀ ਹੌਲੀ ਹੁਣ ਕਿਉਂਕਿ ਉਹ ਉਹ ਨਹੀਂ ਚਾਹੁੰਦੇ ਉੱਪਰ ਲੈ ਕੇ ਐਡੇ ਐਡਾਂ ਬਲ ਕੇ ਮਸ ਖਾਸ ਜਿ ਪੈਦਾ ਹੋਵੇ ਕਿ ਰਾਜਕਾਲਿਆ ਖਾਲ ਉਹ ਨਹੀਂ ਚਾਹੁੰਦੇ ਨਾ ਉੱਪਰ ਜੀ ਹਾਂਜੀ ਕਹਿੰਦੇ ਕਿ ਉਹ ਕੱਟ ਹੋਏ ਨੂੰ ਉਹ ਕੱਟ ਹੋਏ ਨੂੰ ਕਹਿੰਦੇ ਅੱਛਾ ਚਲੋ ਜੇ ਪ੍ਰਾਣੀ ਕਿਸੇ ਕੋ ਹੋਵੇ ਤੇ ਜਰੂਰ ਸਾਨੂੰ ਦਰਸ਼ਨ ਕਰਾਓ ਵੀ ਚੰਗਾ ਲੱਗੂਗਾ ਅਗਲੀ ਕਾਲ ਲੈ ਲੈਣੇ ਹੈਲੋ ਚਾਹ ਬਾਈ ਸਤਿ ਸ਼੍ਰੀ ਅਕਾਲ ਜੀ ਕਿਦਾ ਜੀ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅਓ ਜੀ ਗੱਲ ਇਹ ਆ ਵੀ ਤੁਸੀਂ ক্রিকেট ਦੀ ਗੱਲ ਕਰਦੇ ਸੀ ਅਮਰਸ਼ਾਹ ਦੇ ਲੜਕਾ ਜੀ ਹੈਗੇ ਨੇ ক্রিকেট ਇੰਡੀਅਨ ক্রিকেট ਬੋਰਡ ਦੇ ਪ੍ਰਧਾਨ ਹਾਂਜੀ ਹਾਂਜੀ ਤੇ ਉਹ ਗੱਲ ਇਹ ਆ ਵੀ ਜਦੋਂ ਇੰਟਰਨੈਸ਼ਨਲ ਕੋਈ ਵੀ ਮੈਚ ਹੋਣੇ ਆ ਤੇ ਉਹ ਇੰਡੀਆ ਦੀ ক্রিকেট ਦੇ ਟੀਮ ਦੇ ਪ੍ਰਧਾਨ ਜਿਹੜੇ ਹੈਗੇ ਆ ਬੋਰਡ ਦੇ ਉਹਨਾਂ ਨਾਲ ਗੱਲਬਾਤ ਕਰਨੀ ਆ ਤੇ ਉਹਨਾਂ ਨੇ ਸਾਰੀ ਆਪਣੇ ਅਲੋਕੇਸ਼ਨ ਕਰਨੀ ਆ ਕਿਹੜੇ ਕਿਹੜੀ ਸਟੇਟ ਦੇ ਵਿੱਚ ਕਿਤੇ ਕਿਤੇ ਮੈਚ ਹੋਣਗੇ ਤੇ ਉਹ ਮੈਂ ਮਤਲਬ ਮੀਤ ਹੀਰ ਉਹਨਾਂ ਨੇ ਪੰਜਾਬ ਦੇ ਨਾਲ ਨਹੀਂ ਦਾਲ ਗਲਦੀ ਉਹਨਾਂ ਨੇ ਇੱਥੇ ਨਹੀਂ ਪਾਇਆ ਜੀ ਤੁਹਾਡਾ ਕਹਿ ਤੋ ਪਾਵਾ ਕਿ ਮੀਤ ਹੀਰ ਫਿਰ ਸੱਚਾ ਹੀ ਰੋ ਰਿਹਾ ਹਮੇ ਬਿਲਕੁਲ ਸੱਚਾ ਜੀ ਬਿਲਕੁਲ ਥੈਂਕ ਯੂ ਜੀ ਥੈਂਕ ਯੂ ਜੀ ਆਪਾਂ ਕਰਵਾ ਦੇਣਾ ਇੱਕ ਅੱਧਾ ਮੈਚ ਕਹਿ ਕੋਆ ਕੇ ਇਦਾਂ ਹੀ ਵੇਖਿਓ ਤੁਸੀਂ ਹੈਲੋ ਹੈਲੋ ਸ੍ਰੀ ਗੁਰੂ ਜੀ ਅਸੀਂ ਕਾਲ ਕੀ ਹਾਲ ਹੈ ਇੱਕ ਵੈਟੀ ਕਰਾ ਲਓ ਕਿਤੇ ਬ੍ਰਾਂਡ ਸਟੈਂਡ ਇੱਥੇ ਧੋ ਕੇ ਰਿਆ ਕੱਲ ਪਰਸੋ ਸਾਨੂੰ ਜਿਹਦੇ ਤੇ ਰੋਜ਼ ਹੁੰਦਾ ਮੇਰੀ ਕ੍ਰੇਡ ਦਾ ਕਰਾ ਲਓ ਕਰਾ ਦਿੰਨੇ ਵੇ ਕਰਾ ਤੇ ਚਲੋ ਮੈਂ ਚਲੋ ਆਪਣਾ ਹੀ ਹੁਣ ਆਪਣੇ ਜਿਹੜਾ ਸ੍ਰੀ ਗੁਰੂਦਵਾਰਾ ਫੌਜ ਕਮੇਟੀ ਦਾ ਤੇ ਪੰਜਾਬ ਸਰਕਾਰ ਦਾ ਚੱਲਦਾ ਤੇ ਇਹ ਮੁੱਦਾ ਕਿੱਥੇ ਪਹੁੰਚਿਆ ਤੇ ਮੈਂ ਇੱਕ ਹੋਰ ਵੀ ਹੈ ਕਿਤਾ ਦਾ ਤੁਹਾਡੇ ਤੁਹਾਡੇ ਪਟਿਆਲਾ ਹੀ ਆ ਉਧਰ ਪਾਣੀ ਪੂਰੀ ਟੇਲਾਂ ਤੇ ਆਇਆ ਕਿਵੇਂ ਆ ਮੈਨੂੰ ਲਾਜ ਵੀ ਕਿ ਸਹੀ ਗੱਲ ਆ ਕਿ ਵੈਸੇ ਗੱਲਾਂ ਹੀ ਨੇ ਇਹ ਨਹੀਂ ਆ ਸੱਚ ਨਾਲ ਅਸਲ ਵਿੱਚ ਗੱਲ ਇਹ ਆ ਵੀ ਕਈ ਵਾਰੀ ਹੁੰਦਾ ਕਿ ਇਹ ਨਾ ਜੀ ਵੀ ਪਹਿਲਾਂ ਕੁਝ ਨਹੀਂ ਸੀਗਾ ਪਹਿਲਾਂ ਕਈ ਥਾਵਾਂ ਤੇ ਪਾਣੀ ਪਹੁੰਚਦਾ ਨਹੀਂ ਸੀਗਾ ਉਹ ਬਹੁਤ ਥਾਵਾਂ ਤੇ ਪਾਣੀ ਪਹੁੰਚਿਆ ਪਰ ਜੇ ਆਖੀਏ ਸਾਰੇ ਪਹੁੰਚ ਗਿਆ ਇਹ ਸੱਚ ਨਹੀਂ ਹੈਗਾ ਸਾਰੇ ਥਾਵਾਂ ਤੇ ਬਹੁਤ ਸਾਰੀਆਂ ਟੇਲਾਂ ਵਾਲੇ ਸੁੱਕੀਆਂ ਪਈਆਂ ਨੇ ਹਲੇ ਸਫਾਈ ਵੀ ਨਹੀਂ ਕੀਤੀ ਗਈ ਹੋਰ ਦੱਸੋ ਦੋ ਜੀ ਇਹ ਵੀ ਗੱਲ ਚਲੋ ਜੀਦਾ ਸਾਹਿਬ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਵੈਰੀ ਮੱਚ ਧੰਨਵਾਦ ਇਹਦਾ ਮਤਲਬ ਉਮੀਦ ਹੈ ਸੱਚਾ ਹੀ ਹੈ ਕਿ ਸਾਨੂੰ ਇੱਕ ਵੀ ਮੈਚ ਨਹੀਂ ਦਿੱਤਾ ਭਾਈ ਇੱਕ ਅੱਧਾ ਦੇ ਦੇ ਦਿਓ ਅਚਿਤੇ ਹਾਥੀ ਜਿਹੜੇ ਬਣਾ ਕੇ ਰੱਖੇ ਨੇ ਚੰਡੀਗੜ੍ਹ ਦੇ ਵਿੱਚ ਹੀ ਕਰਾ ਦਿਓ ਸਾਂਝੀ ਟੈਰੀਟਰੀ ਆ ਉਥੇ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸਤ ਸ੍ਰੀ ਅਕਾਲ ਚਲੋ ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਸੀਐਨਐਨ ਟੋਰਾਂਟੋ